ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਦੀ ਅਲਵਾਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਰਾਜ ਦੇ ਉਸਰੀਏ ਦੇ ਤੌਰ ਤੇ ਮਾਨਯੋਗ ਸਰਦਾਰ ਸਾਹਿਬ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ ਬਾਬਾ ਬੰਦਾ ਸਿੰਘ ਹੋਰਾਂ ਨੇ ਜੋ ਆਰੰਭ ਦੇ ਵਿੱਚ ਖਾਲਸਾ ਰਾਜ ਸਥਾਪਿਤ ਕੀਤਾ ਸੀ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਇੱਕ ਬਹੁਤ ਭਾਰੀ ਖਲਾਅ ਪੈਦਾ ਹੋਇਆ ਨਵਾਬ ਕਪੂਰ ਸਿੰਘ ਹੋਰਾਂ ਨੇ ਇਸ ਖਲਾਅ ਨੂੰ ਇਸ ਖੱਪੇ ਨੂੰ ਪੂਰਨ ਦਾ ਭਰਪੂਰ ਯਤਨ ਕੀਤਾ ਲੇਕਿਨ ਫੇਰ ਮੁੜ ਕੇ ਰਾਜ ਪ੍ਰਾਪਤੀ ਵਾਲੇ ਪਾਸੇ ਸਮੁੱਚੀ ਕੌਮ ਨੂੰ ਜਥੇਬੰਦ ਕਰਕੇ ਤੇ ਲਾਹੌਰ ਦੇ ਰਾਜ ਦੀ ਪ੍ਰਾਪਤੀ ਕਰ ਲੈਣੀ ਉਸ ਵੇਲੇ ਦੇ ਜਰਵਾਣਿਆਂ ਦਾ ਟਕਰਾ ਕਰਨਾ ਹਿੰਦੁਸਤਾਨ ਦੀ ਅਸਮਤ ਨੂੰ ਬਚਾਉਣ ਦਾ ਯਤਨ ਕਰਨਾ ਸਵਰਾਂ ਨੂੰ ਆਪਣੇ ਜਾਣਦਿਆਂ ਹੋਏ ਆ ਪਿਆਰਨਾ ਸਾਰੀਆਂ ਮਿਸਲਾਂ ਦੇ ਸਰਦਾਰਾਂ ਨੂੰ ਆਪਣੇ ਨਾਲ ਲੈ ਕੇ ਚੱਲਣਾ ਅਰ ਅਖੀਰ ਵਿੱਚ ਉਸ ਅਵਸਥਾ ਤੇ ਸਮੁੱਚੀ ਕੌਮ ਨੂੰ ਲੈ ਆਉਣਾ ਜਿਸ ਤੋਂ ਬਾਅਦ ਮਿਸਲਾਂ ਦਾ ਰਾਜ ਤਾਂ ਕਾਇਮ ਹੋ ਚੁੱਕਾ ਸੀ ਪਰ ਜਿਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਆਉਣ ਵਾਲੇ ਸਮੇਂ ਦਾ ਜਿਹੜਾ ਰਾਜ ਸੀ ਉਹਦੇ ਵਾਸਤੇ ਰਾ ਪਧਰਾ ਹੋ ਗਿਆ ਸੀ ਜਿਵੇਂ ਐਨ ਉਹ ਆਖਾਂ ਕਿ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਰਾਜ ਜਿਸ ਨੂੰ ਸਿੱਖ ਰਾਜ ਆਖਿਆ ਜਾਂਦਾ ਹੈ ਉਸ ਰਾਜ ਦੀ ਗਰਾਊਂਡ ਤਿਆਰ ਕਰਨ ਦਾ ਸਾਰਾ ਕੰਮ ਜਿਹੜਾ ਹੈ ਉਹ ਸardar Jaswant Singh ਦੀ ਆਲੂ ਵਾਲੀਆ ਦਾ ਹੈ। ਇੱਕ ਉਹ ਪੁਰਸ਼ ਨੇ ਜਿਨ੍ਹਾਂ ਦੀ ਜ਼ਿੰਦਗੀ ਦਾ ਇਤਿਹਾਸ ਇਤਿਹਾਸਕ ਆਰੰਭ ਹਨੇਰੇ ਵਾਲਾ ਹੈ। ਬਹੁਤ ਯੰਗ ਏਜ ਹੈ। 5 ਸਾਲ ਦੀ ਉਮਰ ਹੈ। ਜਿਸ ਵੇਲੇ ਸਿਰ ਤੋਂ ਸਤਕਾਰਯੋਗ ਪਿਤਾ ਜੀ ਸardar Badar Singh ਜੀ ਉਹਨਾਂ ਦਾ ਸਾਯਾ ਉੱਠ ਜਾਂਦਾ ਹੈ। ਇੱਕ ਖੂਨੀ ਚੜੱਪ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ 5 ਸਾਲ ਦੇ ਬੱਚੇ ਨੇ ਸ਼ਾਇਦ ਛੇਤੀ ਹੀ ਆਪਣੇ ਬਾਪ ਦਾ ਚਿਹਰਾ ਭੁੱਲ ਜਾਂਦਾ ਹੈ ਸੁਪਨੇ ਵਾਂਗੂ ਯਾਦ ਕੁਝ ਰਹਿ ਜਾਂਦਾ ਤੇ ਰਹਿ ਜਾਂਦਾ ਹੈ ਪਰ ਛਾਂ ਮਾਨਣ ਦਾ ਤਾਂ ਕੁਝ ਸਮਾਂ نصیਬ ਨਹੀਂ ਹੋਇਆ ਉਸ ਅਵਸਥਾ ਦੇ ਵਿੱਚੋਂ ਨਿਕਲਦਿਆਂ ਹੋਇਆਂ ਸੁਦਾਰ ਜੱਸਾ ਸਿੰਘ ਜੀ ਪ੍ਰਵਾਨ ਹੋਏ ਪ੍ਰਵਾਨ ਚੜ੍ਹੇ ਸ਼ਹ ਕਹਾਇਓ ਜੱਸਾ ਸਿੰਘ ਕਲਾਂ ਤੇ ਕਹਾਇਆ ਕਿਸ ਜੱਸਾ ਸਿੰਘ ਨੇ ਸ਼ਹ ਸ਼ਹ ਕਹਾਇਆ ਉਸ ਜੱਸਾ ਸਿੰਘ ਨੇ ਜਿਸ ਦਾ ਜਦੋਂ ਜ਼ਿਕਰ ਆਰੰਭ ਕਰਦੇ ਨੇ ਸੁਦਾਰ ਰਤਨ ਸਿੰਘ ਜੀ ਭੰਗੂ ਸ੍ਰੀ ਗੁਰਪੰਥ ਪ੍ਰਕਾਸ਼ ਦੇ ਵਿੱਚ ਲਫਜ਼ ਕੀ ਆਖਦੇ ਨੇ ਮੰਗਤ ਖਾਤ ਖਾਲਸੇ ਰਲਿਓ ਭਇਓ ਪੰਥ ਪਾਤਸ਼ਾਹ ਅਬ ਮੈਂ ਸਾਖੀ ਜੱਸਾ ਜੱਸਾ ਸਿੰਘ ਕੀ ਸਾਖੀ ਅਬ ਮੈਂ ਦਿਉ ਸੁਣਾਏ ਮੰਗਤ ਖਾਤ ਖਾਲਸੇ ਰਲਿਓ ਭਇਓ ਪੰਥ ਪਾਤਸ਼ਾਹ ਆਖਿਆ ਮੰਗਤ ਖਾਤ ਮੰਗਤ ਖਾਤ ਤੋਂ ਪਾਵ ਹੈ ਮੰਗਦਾ ਖੰਦਾ ਮੰਗ ਕੇ ਖਾਂਦਾ ਮੰਗਤਿਆਂ ਵਾਲੀ ਅਵਸਥਾ ਦੇ ਵਿੱਚੋਂ ਉੱਠ ਕੇ ਤੇ ਸ਼ਾਹ ਕਹਾਇਓ ਜੱਸਾ ਸਿੰਘ ਕਲਾਲ ਪਾਤਸ਼ਾਹ ਕਹਾਇਆ ਔਰ ਤਲਵਾਰ ਦੇ ਜ਼ੋਰ ਨਾਲ ਨਹੀਂ ਕਹਾਇਆ ਤਲਵਾਰ ਦਾ ਜ਼ੋਰ ਆਪਣੀ ਥਾਂ ਤੇ ਹੈ ਲੇਕਿਨ ਕੁੱਲ ਖਾਲਸਾ ਜੀ ਨੇ ਉਹਨਾਂ ਨੂੰ ਆਪਣਾ ਪਾਤਸ਼ਾਹ ਆਖਿਆ ਔਰ ਸਮੇਂ-ਸਮੇਂ ਉਹਨਾਂ ਨੂੰ ਜਦੋਂ ਕਿਤੇ ਵੀ ਸਮਾਂ ਬਣਿਆ ਉਹਨਾਂ ਦੀ ਆਗਿਆ ਨੂੰ ਮੰਨਿਆ ਉਹਨਾਂ ਦੀ ਆਗਿਆ ਦੇ ਅਨੁਸਾਰ ਅੱਗੇ ਵਧੇ ਉਹਨਾਂ ਦੀ ਆਗਿਆ ਦੇ ਅਨੁਸਾਰ ਸਾਰੀਆਂ ਮੱਲਾ ਮਾਰੀਆਂ ਉਹਨਾਂ ਦੀ ਆਗਿਆ ਦੇ ਅਨੁਸਾਰ ਸਾਰਾ ਕੁਝ ਕੀਤਾ ਮੈਂ ਵਿਚਾਰ ਕਰ ਰਿਹਾ ਸਾਂ ਜਿਸ ਵਕਤ ਧੰ ਗੁਰੂ ਰਾਮਦਾਸ ਜੀ ਦੇ ਬਾਬਤ ਵੀ ਸਾਨੂੰ ਇਤਿਹਾਸਕ ਤੌਰ ਤੇ ਕੁਝ ਅਜੇਹਾ ਮਿਲਦਾ ਹੈ ਕਿ ਉਹ ਵੀ ਅਜੇ ਬਹੁਤ ਯੰਗ ਏਜ ਵਿੱਚ ਸਨ ਜਦੋਂ ਉਹਨਾਂ ਦੇ ਸਤਕਾਰਯੋਗ ਪਿਤਾ ਜੀ ਭਾਈ ਹਰਦਾਸ ਜੀ ਚਲਾਣਾ ਕਰ ਗਏ ਕਿਸੇ ਤਾਏ ਚਾਚੇ ਦਾ ਜ਼ਿਕਰ ਨਹੀਂ ਆਉਂਦਾ ਜਿਹੜਾ ਉਹਨਾਂ ਨੂੰ ਸੰਭਾਲਣ ਵਾਲਾ ਸੀ ਕੋਈ ਉਹਨਾਂ ਦਾ ਵੱਡਾ ਭਰਾ ਹੋਵੇ ਉਸ ਦਾ ਕੋਈ ਜ਼ਿਕਰ ਨਹੀਂ ਆਉਂਦਾ ਜਿਹੜਾ ਉਹਨਾਂ ਨੂੰ ਸੰਭਾਲਣ ਵਾਲਾ ਸੀ ਇੱਕ ਯਤੀਮੀ ਦੀ ਅਵਸਥਾ ਸੀ ਖਾਸ ਤੌਰ ਤੇ ਜਿਸ ਵੇਲੇ ਮਾਤਾ ਵੀ ਚਲਾਣਾ ਕਰ ਗਈ ਤਾਂ ਬਾਸਰ ਕੇ ਗਿੱਲਾਂ ਤੋਂ ਨਾਨੀ ਨੇ ਜਾ ਕੇ ਮਾਂ ਫੜ ਲਈ ਤੇ ਆਪਣੇ ਨਾਲ ਆਪਣੇ ਪਿੰਡ ਲੈ ਆਈ ਭਾਵ RAMDAS JI ਆਪਣੇ ਨਾਨਕੇ ਪਿੰਡ ਬਸਰ ਕੇ ਗਿੱਲਾਂ ਆ ਗਏ ਲੇਕਿਨ ਉਹੀ RAMDAS JI ਇੱਕ ਦਿਨ ਐਸਾ ਸਮਾਂ ਆਇਆ ਜਦੋਂ ਸੱਤਾ ਜੀ ਨੇ ਉਸਤਤ ਕਰਦੇ ਹੋયા ਤੇ ਕੁਝ ਵੇਖਦੇ ਹੋયા ਆਖਿਆ ਧੰਨ ਧੰਨ RAMDAS GUR ਜਿਨ ਸਿਰਿਆ ਤਿਨੈ ਸਵਾਰੇ ਆ ਪੂਰੀ ਹੋਈ ਕਰਾ ਮਾਤ ਆਪ ਸਿਰਜਣਹਾਰੈ ਧਾਰੈ ਸਿੱਖੀਆਂ ਤੇ ਸੰਕਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਧੰਨ ਧੰਨ RAM DAS GURU ਜਿਨ ਸਿਰਿਆਂ ਤੇ ਨੇ ਸਵਾਰਿਆ ਔਰ ਪੂਰੀ ਹੋਈ ਕਰਾਮਾਤ ਜਿਸ ਨੂੰ ਅਖਿਆ ਜਾਂਦਰ ਨੇ ਕਮਾਲ ਹੋ ਗਈ ਇਹ ਕਮਾਲ ਸੀ ਕਿ ਲਾਹੌਰ ਦੀਆਂ ਗਲੀਆਂ ਦੇ ਵਿੱਚ ਵਿਚਰਨ ਵਾਲਾ ਘੁੰਗਣੀਆਂ ਵੇਚਣ ਵਾਲਾ ਇੱਕ ਯਤੀਮ ਇਸ ਅਵਸਥਾ ਤੇ ਪਹੁੰਚ ਗਿਆ ਕਿ ਪਾਰ ਬ੍ਰਹਮਕਰ ਨਮਸ਼ਕਾਰਿਆ ਵਾਲੀ ਅਵਸਥਾ ਉਹ ਪ੍ਰਾਪਤ ਕਰ ਗਿਆ ਅਰ ਸ਼ੱਤਾ ਜੀ ਨੇ ਜਦੋਂ ਆਖਿਆ ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਹੁਣ ਬੰਦੇ ਅਟਲ ਨਹੀਂ ਹੁੰਦੇ ਅਥਾ ਤੇ ਅਤੋਲ ਨਹੀਂ ਹੋ ਸਕਦੇ ਪਰ RAMDAS ਪਿਆਰੇ ਜਿਸ ਵੇਲੇ ਥਾਪਣਾ ਦਿੱਤੀ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਰਾਜ ਤੇ ਜੋਗ ਦਾ ਤਖਤ ਦਿੱਤਾ ਜਿਸ ਉਹਨੇ ਰਾਜ ਤੇ ਜੋਗ ਦਾ ਤਖਤ ਦਿੱਤਾ ਉਹਨਾਂ ਨੂੰ ਤਾਂ ਇਹ ਪੂਰੀ ਹੋਈ ਕਰਾਮਾਤ ਕਹਿ ਕੇ ਨਾ ਸਤਾ ਜੀ ਨੇ ਯਾਦ ਕੀਤਾ ਇਸ ਸਮੇਂ ਨੂੰ ਇਸ ਮੌਕੇ ਨੂੰ ਮੈਂ ਸਭ ਪ੍ਰਤੀ ਇਤ ਕਰਦਾ ਬਿਨਾਂ ਸ਼ੱਕ ਇੱਕ ਉਸ ਖਾਨਦਾਨ ਨੂੰ ਬਿਲੋਂਗ ਕਰਦੇ ਸਨ ਸਦਾਰ ਜਸਾ ਸਿੰਘ ਜੀ ਸਦਾਰ ਸੱਦਾ ਸਿੰਘ ਦੇ ਖਾਨਦਾਨ ਨੂੰ ਪਰ ਸੱਦਾ ਸਿੰਘ ਦੇ ਵੰਸ਼ ਦੇ ਵਿੱਚ ਪੈਦਾ ਹੋਣ ਵਾਲੇ ਸਦਾਰ ਬਦਰ ਸਿੰਘ ਜਿਨ੍ਹਾਂ ਨੂੰ ਬਿਦਰ ਸਿੰਘ ਵੀ ਲਿਖਦੇ ਨੇ ਗਿਆਨੀ ਗਿਆਨ ਸਿੰਘ ਭਾਈ ਰਤਨ ਸਿੰਘ ਨੇ ਉਹਨਾਂ ਦਾ ਨਾਮ ਦਿਆਲ ਸਿੰਘ ਵੀ ਲਿਖਿਆ ਹੈ ਮੈਂ ਚਾਹਾਂਗਾ ਕਿ ਅਜੀਆਂ ਕੁਝ ਗੱਲਾਂ ਜੜੀਆਂ ਨੇ ਵਖਰੇਵੇਂ ਜਿਹੜੇ ਸਾਡੇ ਇਤਿਹਾਸ 'ਚ ਮਿਲਦੇ ਨੇ ਉਹ ਸਾਡੇ ਧਿਆਨ ਦੇ ਵਿੱਚ ਹੁਣ ਸਾਡੇ ਸਰੋਤਿਆਂ ਦੇ ਧਿਆਨ ਦੇ ਵਿੱਚ ਹੋਣ। ਮੈਂ ਨਾਮ ਬਦਰ ਸਿੰਘ ਲੈ ਕੇ ਚੱਲ ਰਿਹਾ ਕਿਉਂਕਿ ਆਮ ਤੌਰ ਤੇ ਇਹ ਨਾਮ ਵਧੇਰੇ ਪ੍ਰਚਲਿਤ ਹੈ। ਬਦਰ ਸਿੰਘ ਕੋਈ ਮੰਗ ਖਾਣ ਵਾਲਾ ਵਿਅਕਤੀ ਨਹੀਂ ਸੀ। ਨਵਾਬ ਕਪੂਰ ਸਿੰਘ ਹੋਰਾਂ ਦਾ ਇੱਕ ਸਾਥੀ ਸੀ, ਇੱਕ ਸਹਿਯੋਗੀ ਸੀ। ਉਹਨਾਂ ਦੇ ਨਾਲ ਰਲ ਕੇ ਤੇ ਖਾਲਸਾ ਰਾਜ ਦੀ ਸਥਾਪਤੀ ਦੇ ਵਾਸਤੇ ਸੰਘਰਸ਼ ਸੀ ਸੀ ਪਰ ਮੰਗਤ ਖਾਂਦ ਖਾਲਸੇ ਰਲਿਓ ਭਾਈ ਰਤਨ ਸਿੰਘ ਕਿਉਂ ਲਿਖਦੇ ਨੇ ਮੈਂ ਐਸਾ ਪ੍ਰਤੀਤ ਕਰਦਾ ਕਿ ਜਿਸ ਵੇਲੇ ਬਾਪ ਚਲਾਣਾ ਕਰ ਜਾਂਦਾ ਹੈ 5 ਸਾਲ ਦਾ ਬੱਚਾ ਹੋਵੇ ਕੋਈ ਤਾਇਆ ਨਹੀਂ ਕੋਈ ਚਾਚਾ ਨਹੀਂ ਇੱਥੇ ਵੀ ਸੰਭਾਲਣ ਵਾਲਾ ਕੋਈ ਵੱਡਾ ਭਰਾ ਨਹੀਂ ਸੰਭਾਲਣ ਵਾਲਾ ਅਖੀਰ ਕੇਵਲ ਮਾਮਾ ਹੈ ਸudar baag singha ਇਨਾਂ ਦੇ ਨਾਮ ਬਾਬਤ ਵੀ ਕੁਝ ਹੈ ਕੁਝ ਬਾਗ ਲਿਖਦੇ ਨੇ ਬਾਗ ਭਾਵ ਗਾਰਡਨ ਕੁਝ ਬਾਗ ਲਿਖਦੇ ਨੇ ਬਾਗ ਸ਼ਬਦ ਦਾ ਅਰਥ ਹੈ ਸ਼ੇਰ ਬਗਿਆੜ ਬਾਗ ਸ਼ਬਦ ਜਿਹੜਾ ਹੈ ਇਹ ਅਕਸਰ ਸਾਡੇ ਇਤਿਹਾਸਕਾਰਾਂ ਨੇ ਵਰਤਿਆ ਹੈ ਇਸ ਲਈ ਮੈਂ ਵੀ ਬਾਗ ਸਿੰਘ ਨੂੰ ਕਹਿ ਕੇ ਉਹਨਾਂ ਦੇ ਬਾਬਤ ਮੈਂ ਜ਼ਿਕਰ ਕਰਾਂਗਾ ਬਾਗ ਸਿੰਘ ਇਹਨਾਂ ਦਾ ਮਾਮਾ ਸੀ ਬਾਗ ਸਿੰਘ ਹੱਲੋ ਸਾਧੋ ਦੇ ਰਹਿਣ ਵਾਲੇ ਇੱਕ ਅੱਛੇ ਤਕੜੇ ਜ਼ਿਮੀਂਦਾਰ ਸਨ ਤਨਾਰ ਸਨ ਔਰ ਉਹਨਾਂ ਨੇ ਵੀ ਨਵਾਬ ਕਪੂਰ ਸਿੰਘ ਹੋਰਾਂ ਦੇ ਨਾਲ ਰਲ ਕੇ ਆਪਣੀ ਏਕ ਮਿਸਲ ਨੂੰ ਕਾਇਮ ਕੀਤਾ ਨਾਲ ਰਲ ਕੇ ਸੰਘਰਸ਼ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਪਰ ਗੱਲ ਫਿਰ ਉਹੀ ਹੈ ਉਸੇ ਨੁਕਤੇ ਨੂੰ ਅਗਰ ਅਸੀਂ ਧਿਆਨ ਵਿੱਚ ਲਿਆਉਂਦੇ ਆ ਕਿ ਉਸ ਭੀੜਾਂ ਦੇ ਸਮੇਂ ਦੇ ਵਿੱਚ ਜਿਸ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ ਹੁੰਦੀ ਲੰਬੀ ਚੌੜੀ ਜੱਸਾ ਸਿੰਘ ਪਰਵਾਨ ਚੜਦੇ ਨੇ ਤੇ ਜਸਾ ਸਿੰਘ ਇੱਕ ਦਿਨ ਸੁਲਤਾਨੁਲ ਕੌਮ ਬਣਦੇ ਨੇ ਹੁਣ ਇਹ ਸਾਰਾ ਕੁਝ ਸੰਭਵ ਕਿਵੇਂ ਹੋਇਆ ਦੇਖਣਾ ਕੁਝ ਸਮਾਨੰਤਰਾਂ ਕੁਝ ਸਮਾਨ ਅੰਤਰ ਪ੍ਰਸਥਿਤੀਆਂ ਨੇ ਜਿਹਨੂੰ ਆਖਿਆ ਜਾ ਸਕਦਾ ਹੈ ਸਿਮਿਲਰਿਟੀਆਂ ਨੇ ਕੁਝ ਸਿਮਿਲਰਿਟੀਆਂ ਨੇ ਜਿਵੇਂ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਦਾ ਪੱਖ ਆਸਾਨੇ ਆਖਿਆ ਬਿਲਕੁਲ ਇਸੇ ਤਰ੍ਹਾਂ ਇਹ ਵੀ ਹੈ ਇੱਥੇ ਵੀ ਹੈ ਜੇ ਗੁਰੂ ਰਾਮਦਾਸ ਜੀ ਦੇ ਜੀਵਨ ਦੇ ਵਿੱਚ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨ ਛੋੜਿਓ ਪਾਸ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨ ਛੋੜਿਓ ਪਾਸ ਤਾਂ ਤੇ ਗੌਹਰ ਗਿਆਨ ਪ੍ਰਗਟ ਉਜਿਆਰੋ ਜਸਾ ਸਿੰਘ ਰਣਕੀ ਗੀਤਾ ਮੈਂ ਉਸ ਪਿਛੋਕੜ ਨੂੰ ਆਪ ਸਾਰਿਆਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ 5 ਸਾਲ ਦੀ ਉਮਰ ਸੀ ਇਹਨਾਂ ਦੀ ਸਤਕਾਰਯੋਗ ਮਾਤਾ ਜਿਹੜੀ ਇੱਕ ਸਿੱਖ ਪਰਿਵਾਰ ਦੀ ਧੀ ਸੀ ਔਰ ਗੁਰਬਾਣੀ ਤਿਸ ਕੰਠ ਕਨੇਰੀ ਜਿਸ ਨੂੰ ਬਹੁਤ ਸਾਰੀ ਗੁਰਬਾਣੀ ਯਾਦ ਸੀ ਚੌਕੀ ਕੀਰਤਨ ਸ਼ਬਦੇ ਗਾਵੈ ਜਿਹੜੀ ਸ਼ਬਦ ਕੀਰਤਨ ਦੀ ਚੌਕੀ ਕਰਿਆ ਕਰਦੀ ਸੀ ਹਰ ਮੇਲੇ ਗੁਰਦੁਆਰੇ ਜਾਵੈ ਜਦੋਂ ਕਿਤੇ ਜੋੜ ਮਿਲ ਹੁੰਦਾ ਤੇ ਉਹ ਗੁਰਦੁਆਰਿਆਂ ਵਿੱਚ ਧਰਮ ਸਥਾਨਾਂ ਵਿੱਚ ਚਾਇਆ ਕਰਦੀ ਸੀ ਪਰ ਉਸ ਦੇ ਅੰਦਰ ਨਾ ਇੱਕ ਸੱਦਰ ਸੀ ਕਿ ਮੈਨੂੰ ਇਸ ਜੱਸਾ ਸਿੰਘ ਦੀ ਧਾਤ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਅਸੀਸਾਂ ਤੇ ਬਰਕਤਾਂ ਕਰਕੇ ਪ੍ਰਾਪਤ ਹੋਈ ਹੈ ਮੈਂ ਸ਼ੁਕਰਾਨਾ ਅਦਾ ਕਰਨਾ ਚਾਹੁੰਦੀ ਹਾਂ ਸਤਿਗੁਰੂ ਮਹਾਰਾਜ ਗੁਰੂ ਕਲਗੀ ਤਰਸਾਬ ਜੋਤੀ ਜੋਤ ਸਮਾ ਚੁੱਕੇ ਸਨ 1718 ਤੋਂ ਪਹਿਲਾਂ ਜਿਵੇਂ ਅਸੀਂ ਜਾਣਦੇ ਹਾਂ 1708 ਦੇ ਵਿੱਚ ਉਹ ਜੋਤੀ ਜੋਤ ਸਮਾ ਚੁੱਕੇ ਸਨ ਹੁਣ ਸ਼ੁਕਰਾਨਾ ਅਦਾ ਕਰਨ ਵਾਸਤੇ ਇਸ ਪਰਮਾਤਮਾ ਬੀਬੀ ਨੇ ਆਪਣੇ ਭਾਈ ਨੂੰ ਆਖਿਆ ਜਿਨ੍ਹਾਂ ਦਾ ਨਾਮ ਸਦਾਰ ਬਾਗ ਸਿੰਘ ਸੀ ਭਰਾ ਜੀ ਮੈਂ ਐਸਾ ਕਰਨਾ ਚਾਹੁੰਦੀ ਹਾਂ ਵੀਰਾ ਜੀ ਤਾਂ ਵੀਰਾ ਜੀ ਨੇ ਫਿਰ ਆਪਣੇ ਭੈਣ ਨੂੰ ਸਹਿਯੋਗ ਦਿੱਤਾ ਤੇ ਆਪਣੇ ਭੈਣ ਨੂੰ ਤੇ ਭਾਣਜੇ ਨੂੰ ਜੱਸਾ ਸਿੰਘ ਨੂੰ ਲੈ ਕੇ ਦਿੱਲੀ ਆਏ ਮਾਤਾ ਸੁੰਦਰੀ ਜੀ ਦੇ ਪਾਸ ਮਾਤਾ ਸੁੰਦਰੀ ਜੀ ਨੂੰ ਬੱਚਾ ਹੋਣ ਹਾਰ ਜਾਪਿਆ ਪਿਆਰ ਤਾਂ ਦੇਣਾ ਸੀ ਅਸੀਸ ਤਾਂ ਦੇਣੀ ਸੀ ਦਿੱਤੀ ਲੇਕਿਨ ਚਾਹਿਆ ਕਿ ਇਸ ਬੱਚੇ ਨੂੰ ਇੱਥੇ ਸਾਡੇ ਪਾਸ ਕੋਈ ਸਮਾਂ ਛੱਡਿਆ ਜਾਵੇ ਬਾਕਸਿੰਗ ਬਾਕਸਿੰਗ ਬੱਚੇ ਨੂੰ ਛੱਡ ਕੇ ਤੇ ਪੰਜਾਬ ਵਾਪਸ ਪਰਤੇ ਆਏ ਲੇਕਿਨ ਜਸਾ ਸਿੰਘ ਹੋਰਾਂ ਦੇ ਸਹਾਕਾਰੀਆਂ ਕੋ ਮਾਤਾ ਜੀ ਬੀਬੀ ਜੀ ਹੋਣੀ ਇਹ ਵੀ ਅਤੇ ਜਸਾ ਸਿੰਘ ਦੋਵੇਂ ਜਣੇ ਮਾਤਾ ਸੁੰਦਰੀ ਜੀ ਦੇ ਪਾਸ ਠਹਿਰ ਗਏ ਮਾਹ ਇਤਿਹਾਸ ਦੇ ਅੱਗੇ ਚੱਲਣ ਤੋਂ ਪਹਿਲਾਂ ਇੱਕ ਅश्चਰਜਮਈ ਗੱਲ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਇੱਕ ਉਹ ਇਸਤਰੀ ਜਿਹੜੀ ਇੰਨੀ ਧਰਮਾਤਮਾ ਸੀ ਜਿਸ ਦੇ ਬਾਬਤ ਮੈਂ ਆਖਿਆ ਗੁਰਬਾਣੀ ਤਿਸ ਕੰਠ ਕਨੇਰੀ ਔਰ ਇੱਕ ਉਹ ਜਿਸ ਦੇ ਟੇਕੇ ਵੀ ਜਿਸ ਦੇ ਸਹਰੇ ਵੀ ਗੁਰਸ਼ੇਖ ਨੇ ਜਿਹੜੀ ਹਮੇਸ਼ਾ ਦੁਤਾਰੇ ਦੇ ਨਾਲ ਘਰ ਰਹਿੰਦੀਆਂ ਹੋਿਆਂ ਵੀ ਜੱਸਾ ਸਿੰਘ ਨੂੰ ਨਾਲ ਲੈ ਕੇ ਸ਼ਬਦ ਕੀਰਤਨ ਕਰਦੀ ਹੈ ਜੱਸਾ ਸਿੰਘ ਦੀ ਮੁੱਢਲੀ ਜੀਵਨ ਉਸਾਰੀ ਦੇ ਵਿੱਚ ਮਾਂ ਦਾ ਜਿਸ ਮਾਂ ਦਾ ਬਹੁਤ ਵੱਡਾ ਹੱਥ ਹੈ ਯੋਗਦਾਨ ਹੈ ਉਸ ਮਾਂ ਦਾ ਨਾਂ ਕੀ ਸੀ ਸਾਡਾ ਇਤਿਹਾਸ ਖਾਮੋਸ਼ ਹੈ ਮੈਂ ਲੱਭ ਰਿਆਂ ਸਾਂ ਜਿਸ ਵੇਲੇ ਤੇ ਹੋ ਚੁੱਕੇ ਇੱਕ ਕਵੀ ਨੇ ਸਦਾਰ ਪਿਆਰਾ ਸਿੰਘ ਨਿਰਛਲ ਪਿਆਰਾ ਸਿੰਘ ਨਿਰਛਲ ਹੋਰਾਂ ਨੇ ਜਸਾ ਸਿੰਘ ਅਲੂ ਵਾਲੀਆਂ ਹੋਰਾਂ ਦੇ ਮਾਤਾ ਦਾ ਨਾਮ ਸਾਧਾ ਲਿਖਿਆ ਹੈ ਸਾਧਾ ਮੈਨੂੰ ਹੋਰ ਇਤਿਹਾਸਕਾਰਾਂ ਨੇ ਕਿਤੇ ਵੀ ਜ਼ਿਕਰ ਕੀਤਾ ਹੋਵੇ ਡਾਕਟਰ ਗੰਡਾ ਸਿੰਘ ਹੋਰਾਂ ਨੇ ਇਹਨਾਂ ਦੀ ਜਿਹੜੀ ਪਿਛਲੀ ਬੰਸਾਵਲੀ ਆ ਦਾਤ ਕਿਆਂ ਦੀ ਜੈਸਲਮੇਰ ਦੇ ਰਾਜਪੂਤਾਂ ਦੀ ਉਹਦਾ ਸਾਰੇ ਦਾ ਜ਼ਿਕਰ ਕੀਤਾ ਸਰਦਾਰ ਬਾਗ ਸਿੰਘ ਹੱਲੋ ਸਾਧੋ ਵਾਲਿਆਂ ਦਾ ਜ਼ਿਕਰ ਕੀਤਾ ਸਾਧਾ ਜ਼ਿਕਰ ਕਰਦੇ ਨੇ ਲੈਕਿਨ ਜੇ ਜ਼ਿਕਰ ਨਹੀਂ ਮਿਲਦਾ ਤੇ ਸਤਕਾਰਯੋਗ ਮਾਤਾ ਜੀ ਦੇ ਨਾਮ ਦਾ ਜ਼ਿਕਰ ਨਹੀਂ ਮਿਲਦਾ ਕੈਸਾ ਇਤਿਹਾਸ ਦਾ ਇਹ ਵਰਤਾਰਾ ਹੈ ਸਾਡੇ ਨਾਲ ਖੈਰ ਮਾਤਾ ਜੀ ਇਹਨਾਂ ਦੇ ਸਤਕਾਰਯੋਗ ਦੀ ਮਾਤਾ ਸੁੰਦਰੀ ਜੀ ਦੇ ਪਾਸ ਇਹਨਾਂ ਨੂੰ ਲੈ ਕੇ ਠਹਿਰਦੇ ਨੇ ਤੇ ਸਤਕਾਰਯੋਗ ਮਾਤਾ ਸੁੰਦਰੀ ਜੀ ਹੋਰਾਂ ਨੇ ਅਸੀਸਾਂ ਦਿੱਤੀਆਂ ਉੱਥੇ ਇਹਨਾਂ ਨੂੰ ਪੰਜਾਬੀ ਵਿੱਦਿਆ ਗੁਰਮੁਖੀ ਵਿੱਦਿਆ ਪੜ੍ਹਾਈ ਸਿਖਾਈ ਗੁਰਬਾਣੀ ਨਾਲ ਜੋੜਿਆ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਨ ਦੇ ਵਿੱਚ ਇਹਨਾਂ ਨੂੰ ਤਾਕਤ ਕੀਤਾ ਨਿਪੁੰਨ ਕੀਤਾ ਅਰ ਜਿੱਥੇ ਸ਼ਬਦ ਦੇ ਨਾਲ ਜੋੜਿਆ ਉਥੇ ਨਾਲ-ਨਾਲ ਸ਼ਸਤਰ ਅਭਿਆਸ ਦੇ ਨਾਲ ਵੀ ਜੋੜਿਆ ਇਹਨਾਂ ਨੂੰ ਸ਼ਸਤਰ ਵਿਦਿਆ ਵਿੱਚ ਵੀ ਨਿਪੁੰਨ ਕਰਵਾਇਆ ਤਕਰੀਬਨ ਅੰਦਾਜ਼ਾ ਲੱਗਦਾ ਹੈ ਕਿ 6.5 ਤੋਂ ਲੈ ਕੇ 7 ਸਾਲ ਦਾ ਅਰਸਾ ਜੱਸਾ ਸਿੰਘ ਜੀ ਆਪਣੀ ਮਾਤਾ ਦੇ ਨਾਲ ਇਥੇ ਮਾਤਾ ਸ਼ੁੰਦਰੀ ਜੀ ਦੇ ਪਾਸ ਠਹਿਰੇ ਰਹੇ ਜਦ ਨੂੰ ਇਹਨਾਂ ਦੇ ਮਾਮਾ ਜੀ ਸਰਦਾਰ ਬਾਗ ਸਿੰਘ ਫਿਰ ਲੈਣ ਵਾਸਤੇ ਆ ਗਏ ਇਤਿਹਾਸ ਦੀ ਕਿੰਨੀ ਸਿੱਤਮ ਜ਼ਰੀਫੀ ਹੈ ਕਿ ਜਿਵੇਂ ਕਿ ਕੁਝ ਇਤਿਹਾਸਕਾਰ ਸਾਨੂੰ ਦੱਸਦੇ ਨੇ ਕਿ ਜੱਸਾ ਸਿੰਘ ਤੋਂ ਪਹਿਲਾਂ ਵੀ ਇਹ ਦੰਪਤੀ ਜਿਹੜੇ ਸਨ ਬਦਰ ਸਿੰਘ ਤੇ ਇਹਨਾਂ ਦੇ ਮਾਤਾ ਜੀ ਉਹਨਾਂ ਦੇ ਘਰ ਸਨਤਾਨ ਹੋਈ ਸੀ ਲੇਕਿਨ ਜਨਮ ਲੈਣ ਤੋਂ ਬਾਅਦ ਛੇਤੀ ਹੀ ਚਲਾਣਾ ਕਰ ਜਾਂਦੇ ਸਨ ਇਹ ਜਸਾ ਸਿੰਘ ਜਨਮੇ ਤੇ ਬਚੇ ਪਰ ਦੂਜੇ ਪਾਸੇ ਬਾਖ ਸਿੰਘ ਦਾ ਜਿਨ੍ਹਾਂ ਦਾ ਜ਼ਿਕਰ ਮੈਂ ਕਰਨ ਜਾ ਰਿਹਾ ਬਾਖ ਸਿੰਘ ਦੇ ਘਰ ਕੋਈ ਔਲਾਦ ਨਹੀਂ ਹੋਈ ਕੋਈ ਸੰਤਾਨ ਨਹੀਂ ਹੈ ਅਸੀਂ ਅੱਗੇ ਚੱਲ ਕੇ ਵਿਚਾਰਾਂਗੇ ਕਿ ਨਵਾਬ ਕਪੂਰ ਸਿੰਘ ਹੋਰਾਂ ਦੇ ਘਰ ਵੀ ਕੋਈ ਸੰਤਾਨ ਨਹੀਂ ਸੀ ਦੇਖੋ ਕੈਸੀ ਇਤਿਹਾਸ ਦੀ ਸਿਤਮ ਜ਼ਰੀਫੀ ਹੈ ਪਰ ਇਤਿਹਾਸ ਕੋ ਸੱਚ ਹੈ। ਬਾਂਗ ਸਿੰਘ ਨੇ ਆ ਕੇ ਸਤਕਾਰਯੋਗ ਮਾਤਾ ਸੁੰਦਰੀ ਜੀ ਦੇ ਪਾਸੋਂ ਆ ਗਿਆ ਚਾਹੀ ਕਿ ਜੱਸਾ ਸਿੰਘ ਉਹਨਾਂ ਨੂੰ ਹਰਮ ਤੁਸੀਂ ਨਾ ਮੇਰੇ ਨਾਲ ਤੋਰਦੇ ਹੋ ਪੰਜਾਬ ਲੈ ਚਲੀ ਹੈ। ਤਾਂ ਕਿ ਉੱਥੇ ਹਾਲਾਤ ਦੇ ਵਿੱਚ ਇਹ ਵਿਚਰਨ ਹਾਲਾਤ ਵਿੱਚ ਰਹਿਣ ਜਿਵੇਂ ਕਿ ਉਸ ਵੇਲੇ ਦਾ ਸੰਘਰਸ਼ਮਈ ਇਤਿਹਾਸ ਸੀ 1800 1700 ਤੇ 25 26 ਦਾ ਸਮਾਂ ਜਿਹੜਾ ਐ 1718 ਦਾ ਜਨਮ ਹੈ 5-6 ਸਾਲ ਦੀ ਉਮਰ ਦੇ ਵਿੱਚ ਇਹ ਇੱਥੇ ਆਏ ਉਸ ਤੋਂ ਬਾਅਦ ਤਕਰੀਬਨ 7 ਸਾਲ ਇੱਥੇ ਰਹੇ ਇਸ ਦਾ ਮਤਲਬ ਇਹ ਹੈ ਕਿ 1730 ਦੇ ਵਿੱਚ ਇਹ ਵਾਪਸ ਜਾਂਦੇ ਨੇ ਤੋਰਨ ਲੱਗੇ ਆ ਸਤਕਾਰਯੋਗ ਮਾਤਾ ਜੀ ਨੇ ਮਾਤਾ ਸੁੰਦਰੀ ਜੀ ਨੇ ਜਿੱਥੇ ਅਸੀਸ ਦਿੱਤੀ ਆਪਣੇ ਸੀਨੇ ਨਾਲ ਲਾ ਕੇ ਪਿਆਰ ਕਰਦਿਆਂ ਹੋਇਆਂ ਉੱਥੇ ਧੰਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਨਿਸ਼ਾਨੀ ਕਿਰਪਾਨ ਵੀ ਇਹਨਾਂ ਦੇ ਗਾਤਰੇ ਪਾਈ ਔਰ ਨਾਲ ਹੀ ਇੱਕ ਬਹੁਤ ਚਾਂਦੀ ਦੀ ਸੁੰਦਰ ਚੋਬ ਦਿੱਤੀ ਤੇ ਸਰੂਪਾ ਵਗੈਰਾ ਦੇ ਕੇ ਸਨਮਾਨ ਦੇ ਨਾਲ ਵਿਦਾ ਕੀਤਾ ਤੇ ਨਾਲ ਕੁਝ ਅਖਰ ਜਿਵੇਂ ਸਾਡੇ ਕੁਝ ਇਤਿਹਾਸਕਾਰ ਲਿਖਦੇ ਨੇ ਸudar kapoor singh horanwal vi ਲਿਖ ਭੇਜੇ ਇਸ ਬੱਚੇ ਦੀ ਸੰਭਾਲ ਦੇ ਵਾਸਤੇ ਬੱਚੇ ਨੂੰ ਲੈ ਕੇ ਨਾ ਸudar bagh singh ਆਪਣੇ ਪਿੰਡ ਹਲੋ ਸਾਧੋ ਆ ਜਾਂਦੇ ਨੇ ਹਲੋ ਸਾਧੋ ਵੀ ਜਿਹੜਾ ਹੈ ਇਹ ਇਸ ਵੇਲੇ ਜ਼ਿਲ੍ਹਾ ਲਾਹੌਰ ਦਾ ਹੈ ਪਰਗਨੇ ਉਸ ਦੇ ਇਲਾਕੇ ਦੇ ਵਿੱਚ ਇੱਕ ਪਿੰਡ ਸੀ ਇਹਨਾਂ ਦਾ ਆਪਣਾ ਜਨਮ ਸਥਾਨ ਜਿਹੜਾ ਹੈ ਆਲੂ ਪਿੰਡ ਜਿਸ ਤੋਂ ਨਾਮ ਆ ਆਲੂ ਵਾਲੀਆ ਬਣਿਆ ਉਹ ਪਨਾਮ ਜਿਹੜਾ ਜਿਵੇਂ ਕਿ ਜਾਣ ਪਛਾਣ ਲਈ ਆਲੂ ਵਾਲੀਆ ਆਖਿਆ ਜਾਂਦਾ ਹੈ ਆਲੂ ਪਿੰਡ ਵੀ ਜਿਹੜਾ ਲਾਹੌਰ ਦੇ ਪਰਗਨੇ ਦੇ ਵਿੱਚ ਹੈ ਹਲੋ ਸਾਧੂ ਇਹਨਾਂ ਨੂੰ ਲਿਆ ਕੇ ਇੱਥੇ ਹੋਰ ਸ਼ਸਤਰ ਅਭਿਆਸ ਕਰਵਾਉਂਦੇ ਰਹੇ ਤਕਰੀਬਨ ਮੈਂ ਅੰਦਾਜ਼ਾ ਕਰਦਾ ਹਾਂ के 1735 36 ਦੇ ਦੌਰਾਨ ਇਹ ਆਪਣੀ ਭੈਣ ਨੂੰ ਅਤੇ ਭਣਜੇ ਨੂੰ ਜਸਾ ਸਿੰਘ ਉਹਨਾਂ ਨੂੰ ਲੈ ਕੇ ਅੰਮ੍ਰਿਤਸਰ ਆਏ। ਭਾਵੇਂ ਕੋਈ ਇਤਿਹਾਸਕਾਰਾਂ ਨੇ ਇੱਥੇ ਵੀ ਜ਼ਿਕਰ ਕੀਤਾ ਹੈ ਕਿ ਉਹ ਕਰਤਾਰਪੁਰ ਮਿਲੇ ਜਾਂ ਕਿਸੇ ਹੋਰ ਥਾਂ ਤੇ ਨਵਾਬ ਸਾਹਿਬ ਉਹਨਾਂ ਨੂੰ ਮਿਲੇ ਐਸਾ ਵੀ ਜ਼ਿਕਰ ਮਿਲਦਾ ਹੈ। ਪਰ ਸਦਾ ਰਤਨ ਸਿੰਘ ਜੀ ਸ਼੍ਰੀ ਗੁਰਪੰਥ ਪ੍ਰਕਾਸ਼ ਵਿੱਚ ਲਿਖਦੇ ਨੇ ਕਿ ਇਹ ਜਿਹੜੀ ਮਿਲਣੀ ਹੈ ਇਹ ਜਿਹੜਾ ਮਿਲਾਪ ਹੈ ਇਹ ਅੰਮ੍ਰਿਤਸਰ ਹੋਇਆ ਔਰ ਹੋਇਆ ਇੱਕ ਭਾਰੀ ਜੋੜ ਮੇਲ ਸਮੇਂ ਜਿਸ ਵੇਲੇ ਇਸ ਬੀਬੀ ਨੇ ਇੱਥੇ ਪਹੁੰਚ ਕੇ ਅਕਾਲ ਤਖਤ ਸਾਹਿਬ ਤੇ ਜਿੱਥੇ ਇਕੱਠੀ ਦੀਵਾਨ ਸਜਿਆ ਹੋਇਆ ਸੀ ਨਵਾਬ ਸਾਹਿਬ ਨੂੰ ਆਖਿਆ ਕਿ ਉਹ ਇੱਕ ਸ਼ਬਦ ਦਾ ਕੀਰਤਨ ਕਰਨਾ ਚਾਹੁੰਦੇ ਨੇ ਨਵਾਬ ਸਾਹਿਬ ਨੇ ਆਗਿਆ ਦਿੱਤੀ ਬੀਬੀ ਹੋਰਾਂ ਦੇ ਦੁਤਾਰੇ ਨਾਲ ਤੇ ਨਾਲ ਉਹਨਾਂ ਦੇ ਬੇਟਾ ਬੈਠਾ ਹੋਇਆ ਜੱਸਾ ਸਿੰਘ ਉਹਨਾਂ ਨੇ ਸ਼ਬਦ ਕੀਰਤਨ ਕੀਤਾ ਔਰ ਇੰਨੀ ਇਕਾਗਰਤਾ ਨਾਲ ਤੇ ਭਜ ਕੇ ਸ਼ਬਦ ਦਾ ਗਾਇਨ ਹੋਇਆ ਪਕੇ ਪੰਥ ਖਾਲਸੇ ਮੈਂ ਸ਼ਾਂਤ ਵਰਤਾਈ ਜਿਸ ਵੇਲੇ ਬੀਬੀ ਨੇ ਪਿਆਰ ਦੇ ਨਾਲ ਸ਼ਬਦ ਚੌਂਕੀ ਗਾਈ ਤਾਂ ਉਸ ਵੇਲੇ ਸੁਣਦਿਆਂ ਸੁਣਦਿਆਂ ਭਾਵੇਂ ਜਿਵੇਂ ਅਸੀਂ ਅੰਦਾਜ਼ਾ ਕਰ ਸਕਦੇ ਹਾਂ ਬੜੇ ਸਹਿਜ ਨਾਲ ਕਿ ਕਿੰਨੀ ਆਵਾਜ਼ ਆਈ ਹੁੰਦੀ ਹੈ ਜਿੱਥੇ ਹੁਣ ਅਜ ਦਰਸ਼ਨੀ ਡਿਉੜੀ ਹੈ ਤੇ ਅਕਾਲ ਤਖਤ ਸਾਹਿਬ ਹੈ ਇਸ ਸਨ ਤੇ ਇੱਥੇ ਬੈਠਿਆ ਆਂ ਦੀਵਾਨ ਸਜਿਆ ਹੋਇਆ ਸੰਗਤ ਜੋੜ ਮੋਲ ਤੇ ਜੋੜ ਮਿਲ ਤੇ ਆਜ ਆ ਰਹੀ ਹੈ ਪਰ ਬੀਬੀ ਨੇ ਜਿਸ ਵੇਲੇ ਸ਼ਬਦ ਕੀਰਤਨ ਕੀਤਾ ਐਨ ਸ਼ਾਂਤੀ ਵਰਤ ਗਈ ਕਪੂਰ ਸਿੰਘ ਜੀ ਖੁਦ ਵੀ ਜਿਹੜੇ ਕਿ ਬੜੇ ਨਿਰਮਲ ਜੀਵਨ ਦੇ ਮਾਲਕ ਸਾਂ ਮੈਨੂੰ ਇੱਥੇ ਫਿਰ ਵਾਕ ਯਾਦ ਆ ਗਿਆ ਜਿਸ ਵੇਲੇ ਸ਼ਦਾਰ ਸ਼ੁਬੇਕ ਸਿੰਘ ਫੋਹਰਾਨ ਨੂੰ ਨਵਾਬੀ ਦੀ ਖਿਲਤ ਦੇ ਕੇ ਨਵਾਬ ਜ਼ਕਰੀਆ ਖਾਨ 1733 ਵਿੱਚ ਭੇਜਦੇ ਨੇ ਵਸਾਖੀ ਦੇ ਮੌਕੇ ਤੇ ਨਾਲ ਚੇਤਨਨ ਕਰਦੇ ਨੇ ਕਿ ਤੁਸਾਂ ਨੇ ਦੇਣੀ ਉਸ ਨੂੰ ਹੈ ਜਤੀ ਸਤੀ ਦਾਤਾ ਹਠੀ ਜਪੀ ਤਪੀ ਅਉ ਸੂਰ ਤੇ ਸਕੋਦ ਇਹੋ ਵਿਚਾਰ ਕੇ ਜਿਸ ਦੇ ਵਿੱਚ ਇਹ ਗੁਣ ਹੋਣ ਜਤੀ ਸਤੀ ਨਤਾ ਹਠੀ ਜਪੀ ਤਪੀ ਅਰਸੂਰ ਤੇ ਫਿਰ ਖਾਲਸੇ ਨੇ ਵਿਚਾਰ ਕੇ ਕਿਸ ਨੂੰ ਦਿੱਤੀ ਉਸ ਨੂੰ ਦਿੱਤੀ ਨਵਾਬੀ ਜਿਸ ਦੇ ਵਿੱਚ ਇਹ ਸ਼ੁਭ ਗੁਣ ਸਨ ਔਰ ਇਹਨਾਂ ਸਾਰੇ ਗੁਣਾ ਤੇ ਅਬਾ ਵਫਾ ਉਹ ਸੇਵਾ ਦੇ ਪੁੰਜ ਸਨ ਨਿਮਰਤਾ ਦੇ ਪੁੰਜ ਸਨ ਜਿਵੇਂ ਕਿ ਅਸਾਂ ਨੇ ਇਹ ਵੀ ਸੁਣਿਆ ਹੋਇਆ ਹੈ ਕਿ ਸਤਕਾਰਯੋਗ ਜੀ ਨੇ ਇੱਛਾ ਪ੍ਰਗਟ ਕੀਤੀ ਕਿ ਮੇਰੇ ਕੋਲੋਂ ਘੋੜਿਆਂ ਦੀ ਲਿੱਦ ਸਾਫ਼ ਕਰਨ ਦੀ ਸੇਵਾ ਖਾਲਸਾ ਨਾ ਖੋਵੇ ਇਹ ਨਿਮਰਤਾ ਵਾਲੇ ਇਹ ਸੇਵਾ ਵਾਲੇ ਜਿਹੜੇ ਗੁਣ ਸੰਨ ਨਾ ਜਿਵੇਂ ਮੈਂ ਪਹਿਲਾਂ ਆਖਿਆ ਹੈ ਇਹ ਅਬਾਵ ਆਫ ਆਲ ਜਤੀ ਸਤੀ ਦਤ ਹਠੀ ਜਪੀ ਤਪੀ ਅਰ ਸੂਰ ਇਹਨਾਂ ਗੁਣਾਂ ਤੋਂ ਅੱਗੇ ਸੰਨ ਹੁਣ ਜਿਹੜੇ ਆਪ ਇਤਨੇ ਨਿਰਮਲ ਗੁਣਾਂ ਦੇ ਮਾਲਕ ਸਨ ਸੁਭਾਵਕ ਹੈ ਕਿ ਬੀਬੀ ਨੇ ਜਿਸ ਵੇਲੇ ਭਜ ਕੇ ਸ਼ਬਦ ਦਾ ਗਾਇਨ ਕੀਤਾ ਤੇ ਨਵਾਬ ਸਾਹਿਬ ਹੁਨਾ ਦੇ ਅੰਦਰ ਇੱਕ ਵਿਸ਼ੇਸ਼ ਖਿੱਚ ਪਈ ਕਿ ਇਤਨਾ ਜੁੜ ਕੇ ਕੀਰਤਨ ਕੋਈ ਸਧਾਰਨ ਇਸਤਰੀ ਨਹੀਂ ਕਰ ਸਕਦੀ ਕੋਈ ਸਧਾਰਨ ਵਿਅਕਤੀ ਨਹੀਂ ਕਰ ਸਕਦਾ ਇਹੋ ਹੀ ਕਰ ਸਕਦਾ ਹੈ ਜਿਹੜਾ ਮਨ ਕਰਕੇ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਹੋਵੇ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਹੋਵੇ ਤਾਂ ਤੇ ਫਿਰ ਨਵਾਬ ਸਾਹਿਬ ਨੇ ਜਾਨਣਾ ਚਾਹਿਆ ਬੀਬੀ ਦੇ ਪਰਿਵਾਰਕ ਪਿਛੋਕੜ ਦੇ ਬਾਬਤ ਵੀ ਵਿਭਿੰਨ ਜਦੋਂ ਪੁੱਛਿਆ ਗਿਆ ਕਿ ਤੁਹਾਡੇ ਸਰਦਾਰ ਸਾਹਿਬ ਨਾਲ ਆਏ ਨੇ ਉਸਨੇ ਆਖਿਆ ਨਹੀਂ ਉਹ ਤਾਂ ਸ਼ਹੀਦ ਹੋ ਚੁੱਕੇ ਨੇ ਕੀ ਸ਼ੋਭੋ ਨਾਮ ਹੈ ਉਹਨਾਂ ਦਾ ਸਰਦਾਰ ਬਦਰ ਸਿੰਘ ਨਵਾਬ ਕਪੂਰ ਸਿੰਘ ਹੋਰਾਂ ਨੂੰ ਉਹ ਪਿਛੋਕੜ ਯਾਦ ਆ ਗਿਆ ਸਾਰਾ ਬਦਰ ਸਿੰਘ ਉਹੀ ਜਿਹੜਾ ਸਾਡਾ ਪੁਰਾਣਾ ਸਾਥੀ ਹੋਇਆ ਕਰਦਾ ਸੀ ਔਰ ਜਦੋਂ ਫਿਰ ਪੁੱਛਿਆ ਬਈ ਉਹ ਨਾਲ ਨਹੀਂ ਆਏ ਤੇ ਤੁਹਾਡੇ ਸਹੁਰਾ ਸਾਹਿਬ ਤਾਂ ਪਹਿਲਾਂ ਹੀ ਸ਼ਹੀਦ ਹੋ ਚੁੱਕੇ ਸਨ ਫਿਰ ਕਿਸ ਦੇ ਨਾਲ ਤੁਸੀਂ ਆਏ ਹੋਰ ਕੌਣ ਆਇਆ ਆਪਜੀ ਦੇ ਨਾਲ ਤਾਂ ਉਹਨਾਂ ਨੇ ਸਦਾਰ ਬਾਗ ਸਿੰਘ ਹੋਰਾਂ ਦਾ ਹਵਾਲਾ ਦਿੱਤਾ ਮੈਂ ਆਪਣੇ ਭਾਈ ਸਾਹਿਬ ਦੇ ਨਾਲ ਆਈ ਹਾਂ ਤੇ ਬਾਗ ਸਿੰਘ ਵੀ ਉੱਠ ਕੇ ਅੱਗੇ ਆ ਗਿਆ ਸਦਾਰ ਕਪੂਰ ਸਿੰਘ ਹੋਰਾਂ ਦੇ ਨਾਂ ਨੇਤਰ ਝੁਕ ਗਏ ਇਸ ਪਰਿਵਾਰ ਦੀਆਂ ਕੁਰਬਾਨੀਆਂ ਦੇ ਬਾਬਤ ਗੁਰੂ ਪਿਆਰ ਦੇ ਬਾਬਤ ਔਰ ਇਸ ਸਾਰਾ ਕੁਝ ਨੂੰ ਮਹਿਸੂਸ ਕਰਦਿਆਂ ਹੋਇਆ ਖਾਨਦਾਨੀ ਪਿਛੋਕੜ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਕਿ ਜਿਸ ਮਾਹੌਲ ਦੇ ਵਿੱਚ ਇਹ ਬੱਚਾ ਪਲਿਆ ਹੈ ਨਿਸ਼ਚੈ ਹੀ ਇਸ ਬੱਚੇ ਵਿੱਚ ਵੀ ਇਹ ਸਾਰੇ ਵਿਸ਼ੇਸ਼ ਗੁਣ ਹੋ ਸਕਦੇ ਹਨ ਕੁਝ ਵੇਖਣ ਤੋਂ ਵੀ ਮਨੁੱਖ ਜੱਜ ਕਰ ਲਿਆ ਕਰਦੇ ਨੇ ਜੱਜ ਕਰ ਲਿਆ ਕਰਦੇ ਨੇ ਜਿਉਂਨ ਵਾਪਸ ਸਾਹਿਬ ਨੇ ਕੀਤਾ ਤੇ ਫਿਰ ਇੱਛਾ ਪ੍ਰਗਟ ਕੀਤੀ ਮੇਰੀ ਭੈਣ ਕਿੰਨੀ ਚੰਗੀ ਗੱਲ ਹੋਵੇ ਜੇ ਆਪਣੇ ਪੁੱਤਰ ਨੂੰ ਤੂੰ ਪੰਥ ਦੀ ਸੇਵਾ ਦੇ ਵਾਸਤੇ ਸਾਡੇ ਕੋਲ ਛੱਡ ਜਾਵੇਂ ਤਾਂ ਮਾਤਾ ਜੀ ਨੇ ਵਿਸ਼ਨਿਆ ਭੇਜਿਆ ਹੈ ਤੇ ਅਸੀਂ ਵੀ ਇੱਛਾ ਰੱਖਦੇ ਆ ਕਿ ਜੱਸਾ ਸਿੰਘ ਹੁਣ ਸਾਡੇ ਕੋਲ ਰਹੇ ਮੈਂ ਹੈਰਾਨ ਆ ਅਜੋਕੇ ਸਮੇ ਨੂੰ ਧਿਆਨ ਵਿੱਚ ਰੱਖਦੇ ਆ ਹੋਇਆ ਅੱਜ ਜਦ ਕਦੀ ਅਸੀਂ ਪੰਥ ਦੀ ਗੱਲ ਕਰਦੇ ਆ ਇਹ ਪੰਥਕ ਹੁਕਮ ਹੈ ਪੰਥ ਨੇ ਐਂਉ ਆਖਿਆ ਹੈ ਪੰਥ ਨੇ ਆਹ ਕੁਝ ਆਖਿਆ ਹੈ ਤਾਂ ਕੁਝ ਲੋਕ ਆਖਦੇ ਨੇ ਤੁਸੀਂ ਕਿਹੜੇ ਪੰਥ ਦੀ ਗੱਲ ਕਰਦੇ ਹੋ ਕਿਸ ਪੰਥ ਦੀ ਸੇਵਾ ਦੀ ਤੁਸੀਂ ਗੱਲ ਕਰਦੇ ਹੋ ਕੁਝ ਲੋਕ ਅਜੇ ਨੇ ਜਿਨ੍ਹਾਂ ਨੂੰ ਪੰਥ ਵੀ ਨਜ਼ਰ ਨਹੀਂ ਆਉਂਦਾ ਤੇ ਪੰਥ ਦੀ ਸੇਵਾ ਉਹਨਾਂ ਨੂੰ ਨਜ਼ਰ ਕੀ ਆਉਣੀ ਹੈ ਤੇ ਪੰਥ ਦੀ ਸੇਵਾ ਦੇ ਪ੍ਰਤੀ ਉਹਨਾਂ ਨੇ ਸੁਚੇਤ ਕੀ ਹੋਣਾ ਹੈ ਸਮਰਪਿਤ ਕੀ ਹੋਣਾ ਹੈ ਪਰ ਮੈਂ ਐਸਾ ਪ੍ਰਤੀਤ ਕਰਦਾ ਕਿ ਪੰਥ ਦੀ ਸੇਵਾ ਤੋਂ ਵੀ ਕੇਵਲ ਉਹੀ ਲੋਕ ਆਪਾ ਨਿਸ਼ਾਵਰ ਕਰ ਸਕਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਗ੍ਰੰਥ ਹੈ ਸ੍ਰੀ ਗੁਰੂ ਗ੍ਰੰਥ ਸਾਹਿਬਾ ਜਿਹੜੇ ਗ੍ਰੰਥ ਨਾਲ ਜੁੜੇ ਨੇ ਜਿਹੜੇ ਗ੍ਰੰਥ ਦੇ ਪ੍ਰਤੀ ਸਮਰਪਤ ਨੇ ਕੇਵਲ ਉਹੀ ਪੰਥ ਦੇ ਪ੍ਰਤੀ ਸਮਰਪਤ ਹੋ ਸਕਦੇ ਨੇ। ਔਰ ਬੀਬੀ ਨੇ ਕੋਈ ਟੇਲ ਨਹੀਂ ਕੀਤੀ। ਉਹ ਸਵੇਲੇ ਉੱઠી ਤੇ ਉੱਠ ਕੇ ਭਰੇ ਦੀਵਾਨ ਦੇ ਵਿੱਚ ਜੱਸਾ ਸਿੰਘ ਦੀ ਬਾਹ ਨਵਾਬ ਹਰਾਂ ਦੇ ਹੱਥ ਵਿੱਚ ਫੜਾ ਦਿੱਤੀ। ਪੰਥ ਦੇ ਹੱਥ ਫੜਾ ਦਿੱਤੀ। ਐਂਉਂ ਆਪਾਂ ਕਹਿ ਲਈਏ। ਔਰ ਨਵਾਬ ਕਪੂਰ ਸਿੰਘ ਹੋਰਾਂ ਨੇ ਫਿਰ ਛੇਤੀ ਹੀ ਜਸਾ ਸਿੰਘ ਨੂੰ ਅੰਮ੍ਰਿਤ ਛਕਾ ਦਿੱਤਾ ਆ ਤੇ ਨੌਜਵਾਨ ਨੂੰ ਸੇਵਾ ਦੇ ਵਿੱਚ ਲਗਾ ਦਿੱਤਾ ਹੁਣ ਸੁਭਾਵਕ ਹੈ ਜਿਵੇਂ ਅਸੀਂ ਨੇ ਬਹੁਤ ਸਹਿਜ ਨਾਲ ਇਸ ਸਮੇਂ ਨੂੰ ਇਸ ਪੀਰੀਅਡ ਨੂੰ ਵਿਚਾਰਨ ਦਾ ਯਤਨ ਕੀਤਾ ਹੈ ਕਿਉਂਕਿ ਜੀਵਨ ਦੀ ਜਿਹੜੀ ਮੁੱਢਲੀ ਉਸਾਰੀ ਹੈ ਉਸ ਤੇ ਪਿਵਿਖਾ ਹਮੇਸ਼ਾ ਨਿਸ਼ਚਿਤ ਹੁੰਦਾ ਹੈ ਜੇ ਸ ਬੱਚੇ ਦੀ ਜੀਵਨ ਦੀ ਮੁੱਢਲੀ ਉਸਾਰੀ ਠੀਕ ਟਰੈਕਸ ਤੇ ਹੋਵੇ ਮਜ਼ਬੂਤ ਹੋਵੇ ਆਉਣ ਵਾਲੇ ਸਮੇਂ ਵਿੱਚ ਉਸ ਦੇ ਕੋਲੋਂ ਭਵਿੱਖ ਦੇ ਵਿੱਚ ਬਹੁਤ ਕੁਝ ਘਰ ਗੁਜ਼ਰਨ ਦੀ ਆਸ ਕੀਤੀ ਜਾਂਦੀ ਹੈ ਜਸਾ ਸਿੰਘ ਉਹ ਹਰ ਨੌਜਵਾਨ ਨੇ ਜਿਨ੍ਹਾਂ ਨੂੰ ਬਚਪਨ ਦੇ ਵਿੱਚ ਆਪਣੀ ਮਾਂ ਦੀ ਸਿੱਖਿਆ ਪ੍ਰਾਪਤ ਹੋਈ ਮੈਨੂੰ ਫਿਰ ਅਬਰਾਹਿਮ ਲਿੰਕਨ ਦੀਆਂ ਗੱਲਾਂ ਯਾਦ ਆ ਜਾਂਦੀਆਂ ਨੇ ਜਿਹੜੀਆਂ ਉਸ ਨੇ ਕਦੀ ਜਿਹੜਾ ਅਮਰੀਕਾ ਦਾ 14ਵਾਂ ਰਾਸ਼ਟਰਪਤੀ ਸੀ ਪ੍ਰੈਜ਼ੀਡੈਂਸੀ ਜਿਸ ਵੇਲੇ ਪ੍ਰੈਜ਼ੀਡੈਂਟ ਹੋਇਆ ਤੇ ਫਸਟ ਜਿਹੜੀ ਸਟੇਟਮੈਂਟ ਸੀ ਜਦੋਂ ਨੇ ਆਖਿਆ 올 दैट आई एम ஆர் ਹੋਪ ਟੂ ਬੀ ਆਈ ਓਵ ਟੂ ਹਰ ਮੈਂ ਅੱਜ ਜੋ ਕੁਝ ਵੀ ਹਾਂ ਜਾਂ ਹੋਣਾ ਚਾਹੁੰਦਾ ਹਾਂ ਇਹ ਉਸ ਦੇ ਕਰਕੇ ਹਾਂ ਕਿਸ ਦੇ ਕਰਕੇ ਮਾਈ ਮਦਰ ਗੋਡ ਬlesਸ ਮਾਈ ਮਾਈ ਐਂਜਲ ਮਦਰ ਗੋਡ ਬlesਸ ਮਾਈ ਐਂਜਲ ਮਦਰ ਮੇਰੀ ਦੇਵਤਿਆਂ ਵਰਗੀ ਮਾਂ ਤੇ ਰੱਬੋ ਕਿਰਪਾ ਕਰੇ ਐਸੀ ਮਾਂ ਉਸ ਨੇ ਅਸੀਸਾਂ ਪ੍ਰਾਪਤ ਹੋਈਆਂ ਮਾਤਾ ਸੁੰਦਰੀ ਜੀ ਦੀਆਂ ਅਸੀਸਾਂ ਪ੍ਰਾਪਤ ਹੋਈਆਂ ਨਵਾਬ ਸਰਦਾਰ ਕਪੂਰ ਸਿੰਘ ਹੋਰਾਂ ਦੀ ਪੰਥਕ ਅਗਵਾਈ ਪ੍ਰਾਪਤ ਹੋਈ ਤੇ ਇੱਕ ਉਹਨਾਂ ਦੇ ਪਾਸੋਂ ਇੱਕ ਬਜ਼ੁਰਗਵਾਨਾ ਇੱਕ ਬਾਪ ਵਰਗਾ ਪਿਆਰ ਵੀ ਪ੍ਰਾਪਤ ਹੋਇਆ ਜਿਵੇਂ ਪੰਗੂ ਜੀ ਲਿਖਦੇ ਨੇ ਸਤਕਾਰਯੋਗ ਜੀ ਕਹਿੰਦੇ ਨੇ ਇੱਕ ਦਿਨ ਜੱਸਾ ਸਿੰਘ ਨੌਜਵਾਨ ਕੋਲ ਆਏ ਤੇ ਡਸਕੀ ਰੋਣ ਲੱਗ ਪਿਆ ਗੱਲ ਕੀ ਹੋਈ ਐ ਕੰਡ ਤੇ ਹੱਥ ਫੇਰੇ ਆ ਪਿਆਰ ਦਿੱਤਾ ਪੁੱਤਰ ਗੱਲ ਕੀ ਐ ਕਿਉਂ ਰੋ ਰਹੇ ਹੋ ਤੇ ਜੱਸਾ ਸਿੰਘ ਹੋਰ ਸ਼ਿਕਾਇਤ ਕੀ ਕੀਤੀ ਕੰਧ ਨੇ ਮੈਥੋਂ ਦਾਣਾ ਵਰਤਾਇ ਨਾਹੀ ਘੋੜਿਆਂ ਨੂੰ ਦਾਣਾ ਵਰਤਾਇਆ ਕਰਦੇ ਸਨ ਇਹ ਜ਼ਿੰਮੇਵਾਰੀ ਲਗਾਈ ਹੋਈ ਸੀ ਮੈਥੋਂ ਦਾਣਾ ਵਰਤਾਇ ਨਾਹੀ ਧੌੜ ਧੱਪੋ ਮੈਂ ਬਹੁਤ ਕਰਾਈ ਵੱਡੇ ਵੱਡੇ ਸਰਦਾਰ ਜਿਹੜੇ ਨੇ ਸਿਆਣੀ ਉਮਰ ਵਾਲੇ ਜਿਹੜੇ ਸਰਦਾਰ ਸਨ ਕੁਝ ਦਲ ਵਿੱਚ ਰਹਿਣਾ ਤੇ ਆਪਸ ਵਿੱਚ ਹਾਸਾ ਮਖੌਲ ਹਾਸਾ ਖੇਡਾ ਤਾਂ ਹੋਣਾ ਹੀ ਹੁੰਦਾ ਹੈ ਨਾ ਜਿਨੂੰ ਅਸੀਂ ਕਹਿੰਦੇ ਨੇ ਖੇਡੀਆਂ ਖੇਡੀਆਂ ਕਰਦਿਆਂ ਕਰਦਿਆਂ ਕਿਸੇ ਨੇ ਮਾੜਾ ਮੋਟਾ ਤੌਲ ਤੱਪਾ ਵੀ ਕਰ ਦਿੱਤਾ ਤੇ ਤੌਲ ਤੱਪਾ ਕਰਦਿਆਂ ਆ ਇਹ ਕਹਿ ਦੇਣਾ ਉਹ ਪਾ ਓਏ ਬਾਦਸ਼ਾਹ ਮੇਰੇ ਘੋੜਿਆਂ ਵਾਸਤੇ ਦਾਣਾ ਸੁਣ ਕੇ ਸੀਨੇ ਨਾਲ ਲਗਾਇਆ ਸਿਰ ਤੇ ਪਿਆਰ ਦਿੱਤਾ ਹੱਥ ਫੇਰਿਆ ਤੇ ਨਾਲ ਕਹਿਣ ਲੱਗੇ ਪੁੱਤਰ ਇਹ ਪੰਥ ਬੜਾ ਬੇਨਿਆਜ਼ ਹੈ ਬੜਾ ਬੇਪਰਵਾਹ ਹੈ ਇਸ ਪੰਥ ਨੇ ਮੋਕੋ ਕੀਨਾ ਪੰਥ ਨਵਾਬਾ ਤੇਰੇ ਕਰੀਏਕ ਪਾਤਸ਼ਾਹੀ ਤਬ ਹੈ ਜਿਹੜਾ ਪੰਥ ਮੈਨੂੰ ਨਵਾਬ ਬਣਾ ਸਕਦਾ ਹੈ ਘੋੜਿਆਂ ਦੀ ਲਿੱਦ ਸਾਫ਼ ਕਰਨ ਵਾਲੇ ਨੂੰ ਤੈਨੂੰ ਘੋੜਿਆਂ ਨੂੰ ਦਾਣਾ ਪਾਉਣ ਵਾਲੇ ਨੂੰ ਪੰਥ ਪਾਤਸ਼ਾਹ ਨਹੀਂ ਬਣਾ ਸਕਦਾ ਪੰਥ ਦੇ ਅੰਦਰ ਗੁਰੂ ਵਰਤਦਾ ਹੈ ਪੰਥ ਦੀ ਜ਼ਬਾਨ ਤੇ ਗੁਰੂ ਦੇ ਬੋਲ ਹੋਇਆ ਕਰਦੇ ਨੇ ਔਰ ਇਹ ਸਮਝ ਕੇ ਨਾ ਰੋਣਾ ਨਹੀਂ ਘਬਰਾਉਣਾ ਨਹੀਂ ਮਨ ਔਖਾ ਨਹੀਂ ਕਰਨਾ ਜੇ ਪੰਥ ਤੈਨੂੰ ਬਾਦਸ਼ਾਹ ਕਹਿੰਦਾ ਹੈ ਤੇ ਤੂੰ ਸਮਝ ਫਿਰ ਪੰਥ ਦਾ ਬਾਦਸ਼ਾਹ ਹੀ ਹੈ ਖੁਸ਼ ਰਹਿ ਆ ਕਰ ਸਕੋ ਮੈਂ ਮਹਿਸੂਸ ਕਰਦਾ ਇਹ ਨਾ ਉਹ ਕ੍ਰਿਟੀਕਲ ਇੱਕ ਟਾਈਮ ਹੈ ਜਦੋਂ ਸਿਕ੍ਰਿਟੀਕਲ ਟਾਈਮ ਤੇ ਨਾਜ਼ੁਕ ਸਮੇਂ ਤੇ ਨਵਾਬ ਕਪੂਰ ਸਿੰਘ ਹੋਰਾਂ ਦੀ ਅਗਵਾਈ ਇਸ ਪ੍ਰਕਾਰ ਦੀ ਇੱਕ ਬਾਪ ਵਾਲੀ ਇੱਕ ਸ਼ਿਹਰਦ ਬਜ਼ੁਰਗ ਵਾਲੀ ਇੱਕ ਸ਼ਿਹਰਦ ਪੰਥਕ ਆਗੂ ਵਾਲੀ ਜਿਹੜੀ ਅਗਵਾਈ ਸੀ ਨਾ ਉਸ ਦੀ ਬਹੁਤ ਭਾਰੀ ਲੋਡ ਸੀ ਮੈਂ ਇਤੇ ਅਸਤਾ ਇਹ ਪੰਨਾ ਵੀ ਧਿਆਨ ਵਿੱਚ ਰੱਖਿਆ ਹੈ ਰੱਖਦਾ ਹਾਂ ਔਰ ਆਪ ਜੀ ਦੇ ਸਾਹਮਣੇ ਮੈਂ ਅਰਜ਼ ਕਰਦਾ ਹਾਂ ਇਸ ਸਮੇਂ ਨਵਾਬ ਸਾਹਿਬ ਨੇ ਸਮੂਚੀ ਫੌਜ ਦੀ ਦੋ ਰਿਸ਼ੀਆਂ ਦੇ ਵਿੱਚ ਵੰਡ ਕਰ ਦਿੱਤੀ ਇੱਕ ਤਰਨਾ ਦਲ ਬਣਾ ਦਿੱਤਾ ਇੱਕ ਬੁੱਢਾ ਦਲ ਬਣਾ ਦਿੱਤਾ ਲੇਕਿਨ ਜੱਸਾ ਸਿੰਘ ਹੋਰੀ ਭਾਵੇਂ ਯੰਗ ਮੈਨ ਨੇ ਤਰुण ਨੇ ਇਸ ਵੇਲੇ ਮੈਂ ਅੰਦਾਜ਼ਾ ਜਿਆ ਕਰਦਾ ਹਾਂ ਕਿ ਇਹ 20 ਕੁ ਸਾਲਾਂ ਦੀ ਉਮਰ ਦੇ ਕਰੀਬ-ਕਰੀਬ ਨੇ 20 ਸਾਲਾਂ ਦੇ ਯੰਗ ਮੈਨ ਨੇ ਪਰ ਉਹਨਾਂ ਨੂੰ ਆਪਣੇ ਕੋਲ ਰੱਖਿਆ ਹੈ ਆਪ ਵੀ ਬੁੱਢਾ ਦਲ ਦੇ ਉਹ ਆਗੂ ਬਣ ਕੇ ਰਹਿੰਦੇ ਨੇ ਬਣ ਕੇ ਚੱਲਦੇ ਨੇ ਜਿਸ ਕਰਕੇ ਮਾਨਯੋਗ ਅੱਜ ਪੰਥ ਖਾਲਸਾ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਤਕਾਰਯੋਗ ਜਥੇਦਾਰ ਸਾਹਬ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਹੁਣੀ ਅਕਸਰ ਮਾਨ ਨਾਲ ਦੱਸਿਆ ਕਰਦੇ ਨੇ ਕਿ ਸਰਦਾਰ ਜੱਸਾ ਸਿੰਘ ਆਲੂਵਾਲੀਆ ਜਿਹੜੇ ਸਨ ਇਹ ਬੁੱਢਾ ਦਲ ਦੇ ਚੌਥੇ ਜਥੇਦਾਰ ਸਨ ਪਹਿਲੇ ਬਾਬਾ ਬినੋਦ ਸਿੰਘ ਦੂਜੇ ਦੀਵਾਨ ਦਰਬਾਰਾ ਸਿੰਘ ਅਰਤੀਜੇ ਨਵਾਬ ਕਪੂਰ ਸਿੰਘ ਨਵਾਬ ਕਪੂਰ ਸਿੰਘ ਜਿਹੜੇ ਨੇ ਆਪ ਬੁੱਢਾ ਦਲ ਦੇ ਮੁਖੀ ਨੇ ਲੇਕਿਨ ਨੌਜਵਾਨ ਨੂੰ ਯੰਗ ਮੈਨ ਨੂੰ 20 ਸਾਲ ਦੇ ਜਵਾਨ ਨੂੰ ਜੱਸਾ ਸਿੰਘ ਨੂੰ ਆਪਣੇ ਨਾਲ ਆਪਣੀ ਅੜਦਲ ਵਿੱਚ ਰੱਖਿਆ ਆਪਣੀ ਅਗਵਾਈ ਦੇ ਵਿੱਚ ਰੱਖਿਆ ਆਪਣੀ ਦੇਖਭਾਲ ਵਿੱਚ ਰੱਖਿਆ ਅਰ ਆਪਣੀ ਦੇਖਭਾਲ ਵਿੱਚ ਰੱਖਦਿਆਂ ਹੋਇਆਂ ਉਹਨਾਂ ਨੇ ਜਸਵੰਤ ਸਿੰਘ ਨੂੰ ਜ਼ਿੰਮੇਵਾਰੀਆਂ ਸੌਪੀਆਂ ਮੈਨੂੰ ਧਿਆਨ ਹੈ ਨਾਦਰ 1739 ਦੇ ਵਿੱਚ ਭਾਰਤ ਵਿੱਚ ਆਉਂਦਾ ਹਿੰਦੁਸਤਾਨ ਤੇ ਅਟੈਕ ਕਰਦਾ ਹੈ ਦਿੱਲੀ ਦਾ ਤਖਤੇ ਤਾਂ ਉਸ ਲੁੱਟ ਕੇ ਲੈ ਜਾਂਦਾ ਹੈ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਬੰਨ ਕੇ ਲੈ ਜਾਂਦਾ ਹੈ ਲੇਕਿਨ ਮੁੜਦਿਆਂ ਹੋਿਆਂ ਨੂੰ ਖਾਲਸਾ ਉਸ ਦਾ ਇਹ ਸਾਰਾ ਭਾਰ ਹੀ ਹੌਲਾ ਕਰ ਲੈਂਦਾ ਲੁੱਟਦਾ ਮਾਲ ਵੀ ਉਹਦੇ ਕੋਲ ਬਣਾ ਲੈਂਦਾ ਹੈ ਖੋਹ ਲੈਂਦਾ ਹੈ ਤੇ ਹਿੰਦੂਸਤਾਨ ਦੀਆਂ ਬਹੁ ਬੇਟੀਆਂ ਨੂੰ ਵੀ ਰੋਕਣ ਦਾ ਪੂਰਨ ਯਤਨ ਕਰਦਾ ਹੈ ਇਹ ਗੱਲ 1739 ਦੀ ਹੈ ਲੇਕਿਨ ਨਵਾਬ ਕਪੂਰ ਸਿੰਘ ਹੋਰਾਂ ਦੇ ਨਾਲ ਉਹਨਾਂ ਦੀ ਅੜਦਲ ਦੇ ਵਿੱਚ ਅੱਗੇ ਹੋ ਕੇ ਜੂਝਣ ਵਾਲਾ ਜਸ ਸਿੰਘ ਵੀ ਹੈ ਜਿਹੜਾ ਇਸ ਵੇਲੇ ਕੇਵਲ 21 ਸਾਲ ਦੀ ਉਮਰ ਦਾ ਹੈ ਨੌਜਵਾਨ ਇਸ ਸੰਘਰਸ਼ ਦੇ ਵਿੱਚ ਉਹ ਵੀ ਹਿੱਸਾ ਲੈਂਦਾ ਹੈ ਸਮਾਂ ਬੀਤਦਾ ਜਾਂਦਾ ਹੈ ਮਿਸਲਾਂ ਵਾਲੀ ਗੱਲ ਜਿਹੜੀ ਹੈ ਉਹ ਹੌਲੀ-ਹੌਲੀ ਹੌਲੀ-ਹੌਲੀ ਕਰਕੇ ਵੱਡੀ ਹੁੰਦੀ ਜਾਂਦੀ ਹੈ ਇੱਕ ਦਿਨ ਫਿਰ ਆਉਂਦਾ ਹੈ ਜਦੋਂ 1746 ਦੇ ਵਿੱਚ ਛੋਟਾ ਕੱਲੂ ਘਾਰਾ ਵਾਪਰਦਾ ਹੈ ਛੋਟਾ ਕੱਲੂ ਘਾਰਾ ਜਿਸ ਨੇ ਵਾਪਰਦਾ ਹੈ ਤਾਂ ਆਰੰਭ ਦੇ ਵਿੱਚ ਜਸ਼ਪਤ ਜਿਹੜਾ ਕਿ ਐਮਨਾਬਾਦ ਦਾ ਫੌਜਦਾਰ ਸੀ ਜਿਹੜਾ ਸਿੰਘਾਂ ਤੇ ਧੱਕਾ ਕਰਨ ਦਾ ਯਤਨ ਕਰਦਾ ਹੈ ਲੇਕਿਨ ਅਖੀਰ ਆਪ ਮਾਰਿਆ ਜਾਂਦਾ ਹੈ ਉਸ ਜਸਬਤ ਦਾ ਭਰਾ ਲਖਪਤ ਰਾਏ ਜਿਹੜਾ ਕਿ ਨਵਾਬ ਜ਼ਕਰੀਆ ਖਾਨ ਦਾ ਦੀਵਾਨ ਸਿਖਾ ਖਾਸਨ ਖਾਸ ਸੀ ਉਹ ਆਖਦਾ ਹੈ ਕਿ ਮੈਂ ਸਿੱਖਾਂ ਦਾ ਮਲਿਆ ਮੇਟ ਕਰ ਦੇਵਾਂਗਾ ਤਾਂ ਫਿਰ ਸੁਧਾਰਨਾ ਜਸਵੰਤ ਸਿੰਘ ਜੀ ਉਸ ਵੇਲੇ ਆਖਦੇ ਨੇ ਨੌਜਵਾਨ ਕਿਤਨੀ ਉਮਰ ਸੀ ਅਸੀਂ ਇਹ ਸਾਹਵ ਲਗਾ ਸਕਦੇ ਆ 18 ਦਾ ਜਨਮ ਹੈ ਤੇ 46 ਦੀ ਮੈਂ ਗੱਲ ਕਰ ਰਿਹਾ ਹਾਂ ਅਜੇ ਪੂਰੇ 30 ਵਰਿਆਂ ਦੇ ਵੀ ਨਹੀਂ ਹੋਏ ਜਿਸ ਵੇਲੇ ਸਾਹਮਣੇ ਹੋ ਕੇ ਆਖਦੇ ਨੇ ਲਖਪਤ ਰਾਏ ਨੂੰ ਤੂੰ ਇਹ ਸਮਝ ਕੇ ਜਸਪਤ ਰਾਏ ਦਾ ਕਤਲ ਮੇਰੇ ਹੱਥੋਂ ਹੋਇਆ ਹੈ ਮੈਂ ਕੀਤਾ ਹੈ ਕੋਈ ਛਾਣੀ ਸੀ ਕਿਸੇ ਨੂੰ ਜਸਪਤ ਨੂੰ ਮਾਰਨ ਦੀ ਪਰ ਜਿਹੜਾ ਜਸਪਤ ਖਾਲਸੇ ਤੇ ਤੱਕਾਂ ਕਰਦਾ ਹੈ ਮੈਦਾਨੇ ਜੰਗ ਦੇ ਵਿੱਚ ਮਾਰਿਆ ਗਿਆ ਕੋਈ ਲੋੜੇ ਵਾਲੀ ਗੱਲ ਨਹੀਂ ਕੋਈ ਵਧੀਕੀ ਵਾਲੀ ਗੱਲ ਨਹੀਂ ਉਸ ਨੇ ਹਮਲਾ ਕੀਤਾ ਹੈ ਉਸ ਨੇ ਮਾਰਨ ਦਾ ਯਤਨ ਕੀਤਾ ਤੇ ਉਹ ਮੈਦਾਨ ਵਿੱਚ ਮਾਰਿਆ ਗਿਆ ਪਰ ਜੇ ਤੂੰ ਬਦਲਾ ਲੈਣਾ ਹੈ ਤੇ ਮਸੂਮਾਂ ਨੂੰ ਮਾਰ ਕੇ ਇਸਤਰੀਆਂ ਨੂੰ ਮਾਰ ਕੇ ਤੇ ਇਹ ਸੋਚ ਕੇ ਮੈਂ ਸਿੱਖਾਂ ਦਾ ਬੀਜ ਨਾਸ਼ ਕਰ ਦੇਣਾ ਹੈ ਇਹ ਬਦਲਾ ਨਹੀਂ ਬਦਲਾ ਲੈਣਾ ਤੇ ਜੱਸਾ ਸਿੰਘ ਆਲੂ ਵਾਲੀਆ ਬੈਠਾ ਹੈ ਉਹਦੇ ਕੋਲੋਂ ਆ ਕੇ ਬਦਲਾ ਲੈ ਤੂੰ ਕਿੰਨੀ ਦਲੇਰੀ ਵਾਲੀ ਬਾਤ ਹੈ ਸਰਦਾਰ ਜੱਸਾ ਸਿੰਘ ਜੀ ਹੋਣੀ ਇੱਥੇ ਇਹ ਦਲੇਰੀ ਵਖਾਉਂਦੇ ਨੇ ਔਰ ਉਸ ਤੋਂ ਬਾਅਦ 1761 ਦਾ ਸਮਾਂ ਆਇਆ ਮੈਂ ਦਲੇਰੀ ਦੀ ਗੱਲ ਇੱਕ ਹੋਰ ਕਰ ਲਵਾਂ 1762 ਦੀ ਜਿਸ ਵੇਲੇ ਵੱਡਾ ਕੱਲੂ ਘਾਰਾ ਹੁੰਦਾ ਹੈ 5 ਫਰਵਰੀ 1762 ਨੂੰ ਅਹਿਮਦ ਸ਼ਾਹ ਅਬਦਾਲੀ ਕਾਬਲ ਤੋਂ ਇਸੇ ਲਈ ਤੁਰਦਾ ਹੈ ਸਿੱਖਾਂ ਨੂੰ ਸਬਕ ਸਿਖਾਉਣ ਵਾਸਤੇ ਬੜੀ ਤੇਜ਼ੀ ਦੇ ਨਾਲ ਲਾਹੌਰੋਂ ਚੱਲ ਕੇ ਲੁਧਿਆਣੇ ਦੇ ਪਾਸ ਕੁੱਪ ਰਹੀੜਾ ਇਹ ਦੋ ਪਿੰਡ ਨੇ ਕਤਬਾ ਬਾਂਮਣੀ ਇਹ ਪਿੰਡ ਨੇ ਇਹਨਾਂ ਕੋਪਰਹੀੜੇ ਦੇ ਪਾਸ ਇਹ ਪਹੁੰਚ ਜਾਂਦਾ ਹੈ ਔਰ अनਐਕਸਪੈਕਟਿਡ ਸਿੱਖ ਫੌਜਾਂ ਨੂੰ ਇਸ ਦੇ ਹਮਲੇ ਦਾ ਸਾਹਮਣਾ ਕਰਨਾ ਪੈਂਦਾ ਹੈ ਅਜੇ ਦਿਨ ਦਾ ਪੂਰਾ ਚੜ੍ਹਾ ਵੀ ਨਹੀਂ ਹੋਇਆ ਸੀ ਅਸੀਂ ਫਰਵਰੀ ਦੇ ਆਰੰਭ ਦੇ ਪਹਿਲੇ ਹਫ਼ਤੇ ਵਿੱਚ ਸਮਝ ਸਕਦੇ ਹਾਂ ਕਿਵੇਂ ਧੁੰਦ ਜੀ ਹੋਇਆ ਕਰਦੀ ਹੈ ਉਸ ਦਿਨ ਵੀ ਭਾਰੀ ਤੁੰਦ ਸੀ ਜਦੋਂ ਇਸਨੇ ਅਟੈਕ ਕੀਤਾ ਹੈ ਭਾਰੀ ਕਟਾਵੜ ਇਸਨੇ ਕੀਤੀ ਭਾਵੇਂ ਸਦਾਰ ਸੰਗੂ ਸਿੰਘ ਭਾਵੇਂ ਸੁਧਾ ਸਿੰਘ ਬੁੱਢਾ ਸਿੰਘ ਹੋਰਾਂ ਦੇ ਰਿਸ਼ਤੇਦਾਰ ਇਹਨਾਂ ਦੀ ਅਗਵਾਈ ਦੇ ਵਿੱਚ ਸਦਾਰ ਜਸਾ ਸਿੰਘ ਹੋਰਾਂ ਨੇ ਆਪਣੇ ਵਹੀਰ ਨੂੰ ਬੱਚਿਆਂ ਨੂੰ ਬੀਬੀਆਂ ਨੂੰ ਬਿਰਦਾ ਨੂੰ ਬਚਾ ਕੇ ਕੱਢਣ ਦਾ ਪੂਰਾ ਪੂਰਾ ਯਤਨ ਕੀਤਾ ਹੈ ਪਰ ਜਿਹੜਾ ਮਿਥਕੇ ਆਇਆ ਸੀ ਕਿ ਮੈਂ ਸਿੱਖਾਂ ਦਾ ਬੀਜ ਨਾਸ ਕਰਨਾ ਹੈ ਉਸਨੇ ਕੋ ਕੱਟਤਾ ਨਹੀਂ ਗੁਜ਼ਾਰਨੀ ਸੀ ਨਾ ਉਹਨੇ ਅਗਲੇ ਪਾਸੇ ਜ਼ੈਨ ਖਾਨ ਨੂੰ ਲਗਾ ਕੇ ਰੋਕਣ ਦਾ ਯਤਨ ਕੀਤਾ ਹੋਰਨਾਂ ਨੂੰ ਲਗਾ ਕੇ ਮਲੇਰ ਕੋ ਕੋਟਲੇ ਵਾਲਿਆਂ ਨੂੰ ਨਾਲ ਲਗਾ ਕੇ ਯਤਨ ਕੀਤਾ ਲੇਕਿਨ ਸਿੰਘਾਂ ਨੇ ਫਿਰ ਵੀ ਪੂਰਾ ਆਪਣਾ ਬਚਾਅ ਕਰਕੇ ਸਾਡੇ ਸ਼ਿਆਣੇ ਦਾਨੇ ਵਿਦਵਾਨ ਕਹਿੰਦੇ ਨੇ ਵੀ ਸ਼ੇਪ ਦੇ ਵਿੱਚ ਰਹਿੰਦਿਆਂ ਹੋਇਆਂ ਇਹਨਾਂ ਨੇ ਅੱਗੇ ਵਧਣ ਦਾ ਯਤਨ ਕੀਤਾ ਨਾਲੇ ਤੁਰੇ ਵੀ ਜਾਓ ਲੜ ਲੜ ਤੁਰੇ ਅਰ ਤੁਰ ਤੁਰ ਲੜੇ ਇਸ ਤਰ੍ਹਾਂ ਕਰਕੇ ਨਾ ਤੁਸੀਂ ਬਣ ਕੇ ਚੱਲੋ ਲੇਕਿਨ ਇੱਕ ਐਸਾ ਸਮਾਂ ਆਇਆ ਜਿਸ ਵੇਲੇ ਨਾ ਅੰਦ ਸ਼ਾਦੀਆਂ ਫੌਜਾਂ ਨੇ ਵਾੜ ਕੀਤੀ ਅੱਗੇ ਵੱਧ ਕੇ ਵਹੀਰ ਦੇ ਉੱਪਰ ਵਾੜ ਕੀਤੀ ਫਿਰ ਸਦਾਰ ਜਸਾ ਸਿੰਘ ਹੋਰਾਂ ਕੋਲੋਂ ਰਿਹਾ ਨਹੀਂ ਗਿਆ ਜੂਜ ਤਾਂ ਪਹਿਲਾਂ ਰਹੀ ਸਨ ਨਾਲ ਉਹਨਾਂ ਦੇ ਹਮਰਕਾਬ ਬੜੇ ਨੇੜੇ ਸਨ ਸਦਾਰ ਚੜਤ ਸਿੰਘ ਸਦਾਰ ਚੜਤ ਸਿੰਘ ਉਹਨਾਂ ਦਾ ਜਨਮ 1722 ਦਾ ਹੈ ਇਹਨਾਂ ਦਾ ਜਨਮ 1718 ਦਾ ਹੈ ਚੜਤ ਸਿੰਘ ਉਸ ਦੀ ਮੈਂ ਗੱਲ ਕਰ ਰਿਹਾ ਹਾਂ ਸ਼ੁਕਰ ਚਕੀਆ ਜਿਹੜੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਦਾਦਾ ਜੀ ਸਨ ਬੜੇ ਦਲੇਰ ਪੁਰਸ਼ ਸਨ ਮੈਦਾਨੇ ਜੰਗ ਦੇ ਵਿੱਚ ਇਹ ਨਾਲ ਨੇ ਤੇ ਦੋਹਾਂ ਸਰਦਾਰ ਜਿਹੜੇ ਨੇ ਇਹ ਪਠਾਣੀ ਫੌਜਾਂ ਨੂੰ ਚੀਰਦਿਆਂ ਹੋਇਆਂ ਅਹਿਮਦ ਸ਼ਾਹ ਅਫਦਾਲੀ ਦੇ ਸਾਹਮਣੇ ਚਲੇ ਜਾਂਦੇ ਨੇ ਤੇ ਸਾਹਮਣੇ ਚੜ ਕੇ ਉਹਨੂੰ ਵੰਗਾਰ ਕੇ ਆਖਦੇ ਨੇ ਅਹਿਮਦ ਸ਼ਾਹ ਤੂੰ ਮਸੂਮਾਂ ਨੂੰ ਮਾਰੀ ਜਾ ਰਿਹਾ ਹੈ ਜੇ ਜੋਧਾ ਹੈ ਬਹਾਦਰ ਹੈ ਤੇ ਜੱਸਾ ਸਿੰਘ ਆਲੂ ਵਾਲੀਆ ਕਹਿੰਦੇ ਨੇ ਮੇਰੇ ਨਾਲੇ ਆ ਕੇ ਦੋ ਹੱਥ ਕਰ ਮਸੂਮਾਂ ਨੂੰ ਮਾਰਨ ਦੇ ਵਿੱਚ ਕਿਹੜੀ ਬਹਾਦਰੀ ਹੈ ਇਹ ਉਹ ਬਹਾਦਰੀ ਹੈ ਔਰ ਛੇਤੀ ਸਾਰਿਆਂ ਨੇ ਮਹਿਸੂਸ ਕੀਤਾ ਕਿ ਸਰਦਾਰ ਜੀ ਹੋਰਾਂ ਨੂੰ ਬੜੇ ਜ਼ਖਮ ਆਏ ਨੇ ਸਰੀਰ ਤੇ ਇਹਦਾ ਹਵਾਲਾ ਤਾਂ ਆਮ ਜਿਹਾ ਹਵਾਲਾ ਜਿਹੜਾ ਸਾਡੇ ਵਿੱਚ ਪ੍ਰਚਲਿਤ ਹੈ ਸਰਦਾਰ ਰਤਨ ਸਿੰਘ ਹੁਣੀ ਕਹਿੰਦੇ ਨੇ ਜੱਸਾ ਸਿੰਘ ਖਾਏ 22 ਕਾਏ ਤੋ ਵੀ ਸਿੰਘ ਜੀ ਲੜਤੋ ਜਾਏ 22 ਜ਼ਖਮ ਇਸ ਵੇਲੇ ਆ ਚੁੱਕੇ ਸਨ ਫਿਰ ਵੀ ਲੜ ਰਹੇ ਸਨ ਲਗਾਤਾਰ ਇਹ ਇਹਨਾਂ ਦੀ ਬਹਾਦਰੀ ਦੀ ਦੂਸਰੀ ਮਿਸਾਲ ਹੈ ਪਹਿਲਾਂ ਲਖਪਤ ਰਾਏ ਨੂੰ ਵੰਗਾਰੇ ਆ ਔਰ ਦੂਜੀ ਵਾਰੀ ਭਰੇ ਮੈਦਾਨੇ ਜੰਗ ਦੇ ਵਿੱਚ ਜੂਝਦਿਆਂ ਹੋਇਆਂ ਜਾ ਕੇ ਅਹਿਮਦ ਸ਼ਾਹ ਬਦਾਲੀ ਨੂੰ ਵੰਗਾਰੇ ਆ ਅਹਿਮਦ ਸ਼ਾਹ ਸਾਹਮਣੇ ਨਹੀਂ ਆਇਆ ਲੇਕਿਨ ਸਦਾਰ ਜੱਸਾ ਸਿੰਘ ਔਰਾਂ ਨੂੰ ਇੰਨੀ ਜ਼ਿਆਦਾ ਮਾਰ ਦਾ ਸਾਹਮਣਾ ਕਰਨਾ ਪਿਆ ਕਿ ਛੇਤੀ ਹੀ ਦੂਜੇ ਸਰਦਾਰਾਂ ਨੇ ਜਿਹੜੇ ਪੰਗੀ ਸਰਦਾਰ ਸੰਸ ਸਰਦਾਰ ਹਰੀ ਸਿੰਘ ਸਰਦਾਰ ਜੱਸਾ ਸਿੰਘ ਆਰਾਮਗੜੀ ਆਸਾਨ ਸਰਦਾਰ ਬਘੇਲ ਸਿੰਘ ਹੋਣੀ ਆਸਾਨ ਜਾਂ ਚੜ੍ਹਤ ਸਿੰਘ ਤਾਂ ਨਾਲ ਸਨ ਛੇਤੀ ਹੀ ਉਹਨਾਂ ਨੇ ਸੁਣਿਆ ਕਿ ਸਰਦਾਰ ਸਾਹਿਬ ਭਾਰੀ ਜ਼ਖਮੀ ਹੋ ਗਏ ਇਸੇ ਵੰਗਾਰ ਦੇ ਪਿੱਛੇ ਅਹਿਮਦ ਸ਼ਾਹ ਤਾਂ ਸਾਹਮਣੇ ਨਹੀਂ ਆਇਆ ਲੇਕਿਨ ਅਹਿਮਦ ਸ਼ਾਹ ਦੇ ਜਿਹੜੇ ਹੋਰ ਨਾਲ ਸਿਪਾਹ ਸਲਾਰ ਸਨ ਉਹਨਾਂ ਨੇ ਸਰਦਾਰ ਜੀ ਨੂੰ ਪੂਰਾ ਘੇਰਾ ਪਾਉਣ ਦਾ ਯਤਨ ਕੀਤਾ ਤੇ ਘੇਰਾ ਪਾ ਕੇ ਉਹਨਾਂ ਨੂੰ ਮਾਰਨ ਦਾ ਪਕੜਨ ਦਾ ਯਤਨ ਕੀਤਾ ਜਿਹੜਾ ਕਿ ਸਫਲ ਨਹੀਂ ਹੋ ਸਕਿਆ ਪਰ ਭਾਰੀ ਨੁਕਸਾਨ ਹੋਇਆ ਖਾਸ ਕਰਕੇ ਸਰੀਰਕ ਤੌਰ ਤੇ ਇੱਥੇ ਦੀ ਇੱਕ ਗੱਲ ਮੈਂ ਹੋਰ ਧਿਆਨ ਚ ਲਿਆਵਾਂ ਬਹਾਦਰੀ ਨਾਲ ਲੜਦਿਆਂ ਲੜਦਿਆਂ ਸਰਦਾਰ ਜੀ ਦਾ ਘੋੜਾ ਜਿਹੜਾ ਸੀ ਨਾ ਥੱਕ ਗਿਆ ਘੋੜਾ ਤੇਜ਼ੀ ਨਾਲ ਨਾ ਚੱਲੇ ਸੁਖਨ ਸਰਦਾਰ ਜੀ ਦਾ ਭਾਰ ਸਰੀਰਕ ਭਾਰ ਵੀ ਤਕੜਾ ਸੀ ਮੈਂ ਤਾਂ ਪੜ੍ਹ ਕੇ ਹੈਰਾਨ ਹੋਇਆ ਕਿ ਕਿਸ ਹੱਦ ਤੱਕ ਇਹ ਗੱਲ ਜਿਹੜੀ ਹੈ ਕਿਸ ਰੂਪ ਦੇ ਵਿੱਚ ਅਸੀਂ ਵਿਚਾਰ ਸਕਦੇ ਹਾਂ ਕਿ ਉਹਨਾਂ ਦੇ ਸਰੀਰ ਦਾ ਭਾਰ 8 ਮਨ ਸੀ ਉਸ ਵੇਲੇ ਮਨ ਭਾਵੇਂ 40 ਸ਼ੇਰਾਂ ਨਾਲ ਵੀ ਗਿਨੇ ਜਾਂ ਜਾਵੇ ਕੁਝ ਤਾਂ ਕਹਿੰਦੇ ਜਦੋਂ ਮਨ ਆਖਦੇ ਨੇ ਤਾਂ ਪੱਕੇ ਮਨ ਦੀ ਗੱਲ ਕੀਤੀ ਜਾਂਦੀ ਹੈ ਪੱਛੇ ਮਨ ਵੀ ਆਖੇ ਜਾਂਦੇ ਸਨ ਪਰ ਇੱਥੇ ਕੱਚਾ ਸ਼ਬਦ ਨਹੀਂ ਵਰਤਿਆ ਗਿਆ 8 ਮਨ ਉਹਨਾਂ ਦਾ ਭਾਰ ਸੀ ਅਦਾ ਅਦਾ ਬੱਕਰਾ ਇਕੱਲੇ ਖਾ ਜਾਣ ਵਾਲੇ ਸਨ ਰੋਜ਼ ਦਾ ਇੱਕ ਇੱਕ ਸ਼ੇਰ ਘਿਓ ਖਾ ਜਾਣਾ ਸ਼ੱਕਰ ਪਾ ਕੇ अथवा ਮਿਸ਼ਰੀ ਪਾ ਕੇ ਖਾ ਜਾਣਾ ਇਹ ਉਹਨਾਂ ਦੀ ਰੋਜ਼ਾਨਾ ਰੋਜ਼ਾਨਾ ਦੀ ਖੁਰਾਕ ਸੀ ਉਹਨਾਂ ਏਡਾ ਤਕੜਾ ਸਰੀਰ ਤੇ ਲੜਦਿਆਂ ਲੜਦਿਆਂ ਘੋੜਾ ਜ ਘੋੜਾ ਜਿਹੜਾ ਸੀ ਥੱਕ ਗਿਆ ਜਿਸਲੇ ਘੋੜਾ ਥੱਕਿਆ ਨਾਲ ਇਹਨਾਂ ਦਾ ਪਾਲਕ ਇੱਕ ਸੇਵਾਦਾਰ ਅਸੀਂ ਕਹਿ ਲਈਏ ਸੇਵਾਦਾਰ ਨੇ ਆਖਿਆ ਸਰਦਾਰ ਸਾਹਿਬ ਸਾਨੂੰ ਛੇਤੀ ਨਾਲ ਨਾ ਘੋੜਾ ਤੋਰ ਕੇ ਤੇ ਅੱਗੇ ਨਿਕਲਣਾ ਚਾਹੀਦਾ ਹੈ ਨਹੀਂ ਤਾਂ ਭਾਰੀ ਨੁਕਸਾਨ ਹੋ ਸਕਦਾ ਹੈ ਸਰਦਾਰ ਜੀ ਨੇ ਆਖਿਆ ਅ ਗੱਲ ਤਾਂ ਤੁਹਾਡੀ ਠੀਕ ਹੈ ਗੁਰਮੁਖ ਸਿੰਘ ਲੇਕਿਨ ਘੋੜਾ ਜਿਹੜਾ ਥੱਕ ਗਿਆ ਹੈ ਘੋੜਾ ਨਹੀਂ ਅੱਗੇ ਵਧ ਰਿਹਾ ਅੱਛਾ ਇਹ ਸੁਣ ਕੇ ਨਾ ਤੇ ਗੁਰਮੁਖ ਸਿੰਘ ਨੇ ਅ ਚਾਬਕ ਮਾਰਿਆ ਘੋੜੇ ਨੂੰ ਤਾਂ ਕਿ ਘੋੜਾ ਜਿਹੜਾ ਥੋੜਾ ਜਿਹਾ ਕਦਮ ਪੁੱਟ ਲਵੇ ਘੋੜਾ ਪੋਈਏ ਪਵੇ ਜਿਸ ਨੇ ਚਾਬਕ ਮਾਰੇ ਆ ਇਹ ਵੇਖਿਆ ਕਿ ਸਰਦਾਰ ਸਾਹਿਬ ਤੈਸ਼ ਵਿੱਚ ਆ ਗਏ ਕਹਿਣ ਲੱਗੇ ਤਾਂ ਇਹ ਗੱਲ ਠੀਕ ਹੈ ਕਿ ਸਾਨੂੰ ਇਥੋਂ ਛੇਤੀ ਨਿਕਲਣਾ ਚਾਹੀਦਾ ਹੈ ਇਹ ਵੀ ਗੱਲ ਠੀਕ ਹੈ ਕਿ ਕੋੜਾ ਥੱਕ ਗਿਆ ਹੈ ਪਰ ਗੁਰਮਖਸਿਆਂ ਜੇ ਚਾਬਕ ਮਾਰ ਕੇ ਕੋੜਾ ਠਾ ਕੇ ਅਸੀਂ ਨਿਕਲਾਂਗੇ ਲੱਗੇ ਦੀਵਾਨ ਪੰਥ ਕਰੇ ਠੱਠਾ ਤੇ ਆਖੇ ਕਿ ਕੋੜਾ ਠਾਏ ਜਸਾ ਸਿੰਘ ਨੱਠਾ ਘੋੜਾ ਭਜਾਏ ਜਸਾ ਸਿੰਘ ਨੱਠਾ ਕਿਆ ਮੁਖ ਲੈ ਮੈਂ ਬਹੁ ਦੀਵਾਨ ਇਹ ਗੱਲ ਗੈਰਤ ਨੂੰ ਚੈਲੰਜ ਆਇਆ ਇੱਕ ਪਾਸੇ ਖਾਲਸੇ ਦਾ ਮੈਂ ਪਾਤਸ਼ਾਹ ਬਣਿਆ ਹੋਇਆ ਖਾਲਸਾ ਮੈਨੂੰ ਪਿਆਰ ਦੇ ਨਾਲ ਸਤਕਾਰ ਦੇ ਨਾਲ ਪਾਤਸ਼ਾਹ ਕਹਿੰਦਾ ਹੈ ਤੇ ਦੂਜੇ ਪਾਸੇ ਮੈਨੂੰ ਮਖੌਲ ਕਰੇਗਾ ਵੀ ਸਾਡਾ ਪਾਤਸ਼ਾਹ ਜਿਹੜਾ ਸੀ ਮੈਦਾਨੇ ਜੰਗ ਦੇ ਵਿੱਚ ਆਪਣੇ ਘੋੜੇ ਨੂੰ ਕੁਟਾ ਕੇ ਤੇ ਪਜ ਉੱਠਿਆ ਮਹਿਰਾਨਾ ਕਿ ਅੰਦਰੋਂ ਕਿੰਨੀ ਚੇਤਨਤਾ ਹੈ ਕਿੰਨੀ ਸਾਵਧਾਨਤਾ ਹੈ ਕਿ ਮੇਰੇ ਕਿਸੇ ਵੀ ਐਕਸ਼ਨ ਦੇ ਨਾਲ ਖਾਲਸੇ ਦੀ ਸ਼ਾਨ ਨੂੰ ਕਿਤੇ ਜ਼ਰਬ ਨਾ ਆਵੇ ਕਿਤਨਾ ਇਸ ਗੱਲ ਦਾ ਧਿਆਨ ਹੈ ਉਹਨਾਂ ਦੇ ਜੀਵਨ ਦੀ ਬੜੀ ਆਮ ਇੱਕ ਗੱਲ ਮੈਂ ਆਪ ਸਾਰੇ ਸਰੋਤਿਆਂ ਦੇ ਸਾਹਮਣੇ ਲਿਆਉਣੀ ਚਾਹੁੰਦਾ ਜਿਸ ਕਾਲ ਕੇ ਅਹਿਮਦ ਸ਼ਾਹ ਅਬਦਾਲੀ ਚੜ ਕੇ ਆਇਆ 1761 ਅਮਦਾਲੀ ਉਦੋਂ ਵੀ ਆਇਆ ਔਰ ਪਾਣੀਪਤ ਦੇ ਮੈਦਾਨ ਦੇ ਵਿੱਚ 1761 ਦੇ ਵਿੱਚ ਪਾਣੀਪਤ ਦੇ ਮੈਦਾਨ ਦੇ ਵਿੱਚ ਮਰਾਠਿਆਂ ਅਤੇ जाटਾਂ ਦੇ ਨਾਲ ਮੁਕਾਬਲਾ ਹੋਇਆ ਭਾਵੇਂ ਮਰਾਠੇ ਤੇ जाट ਪਹਿਲਾਂ ਤਕੜੇ ਹੋ ਕੇ ਲੜ ਰਹੇ ਸਨ ਪਰ ਅਬਦਾਲੀ ਨੇ ਕੁਝ ਐਸੀ ਨੀਤੀ ਵਰਤੀ ਕਿ ਜੱਟਾਂ ਦੇ ਵਿੱਚ ਜਾਟਾਂ ਵਿੱਚ ਤੇ ਮਰਾਠਿਆਂ ਦੇ ਵਿੱਚ 파ੜਾ ਪਾ ਦਿੱਤਾ ਜਾਟ ਜਿਹੜੇ ਸੀ ਉਹ ਅਬਦਾਲੀ ਵਾਲੇ ਪਾਸੇ ਹੋ ਗਏ ਉਹਨਾਂ ਨੇ ਲੜਨਾ ਬੰਦ ਕਰ ਦਿੱਤਾ ਨਤੀਜੇ ਵਿੱਚ ਉਹ ਮਰਾਠੇ ਜਿਹੜੇ ਸੰਹਾਰ ਗਏ ਜਿਸ ਵੇਲੇ ਮਰਾਠੇ ਹਾਰ ਗਏ ਤਾਂ ਹੁਲਕਰ राव ਜਿਹੜਾ ਸੀ ਉਸ ਵੇਲੇ ਸ਼ਾਇਦ ਉਸ ਦਾ ਪੂਰਾ ਨਾਮ ਮਧੋਰਾ ਹੁਲਕਰ ਸੀ ਆਪ ਮੈਦਾਨ ਦੇ ਵਿੱਚ ਮਾਰੇ ਆ ਗਿਆ ਔਰ ਉਹਦੇ ਮਾਰੇ ਜਾਣ ਤੋਂ ਬਾਅਦ ਉਹਦੇ ਸਾਰੇ ਖਜ਼ਾਨੇ ਲੁੱਟ ਲਏ ਗਏ ਉਹਦਾ ਸਾਰਾ ਮਾਲ ਅਸਬਾਬ ਲੁੱਟ ਲਿਆ ਗਿਆ ਫੌਜਾਂ ਉਹਦੀਆਂ ਸਾਰੀਆਂ ਜਿਹੜੀਆਂ ਮਾਰੀਆਂ ਗਈਆਂ ਮਾਰੀਆਂ ਗਈਆਂ ਜਿਹੜੇ ਭੱਜ ਗਏ ਭੱਜ ਗਏ ਲੇਕਿਨ ਉਸ ਤੋਂ ਨਾਲ ਕੀ ਹੋਇਆ ਕਿ ਅਹਿਮਦ ਸ਼ਾਹ ਅਬਦਾਲੀ ਨੇ ਅੱਗੇ ਵਧ ਕੇ ਦਿੱਲੀ ਤੇ ਕਬਜ਼ਾ ਕਰ ਲਿਆ ਕੁਝ ਸਮਾਂ ਇੱਥੇ ਠਹਿਰ ਕੇ ਆਪਣੇ ਮਰਜ਼ੀ ਦੇ ਇਥੋਂ ਦੇ ਹਾਕਮ ਸਥਾਪਿਤ ਕਰਕੇ ਤੇ ਉਹ ਜਿਸ ਨੇ ਕਾਬਲ ਨੂੰ ਮੁੜਿਆ ਤਾਂ ਜਿਵੇਂ ਇਤਿਹਾਸਕਾਰ ਆਮ ਤੌਰ ਤੇ ਲਿਖਦੇ ਨੇ 2200 ਇਸਤਰੀਆਂ ਜਿਹੜੀਆਂ ਮੈਦਾਨੇ ਜੰਗ ਦੇ ਵਿੱਚੋਂ ਉਸ ਨੇ ਕਾਬੂ ਕੀਤੀਆਂ ਸੀ ਉਹਨਾਂ ਨੂੰ ਬੰਨ ਕੇ ਆਪਣੇ ਨਾਲ ਲੈ ਤੁਰਿਆ ਦਿੱਲੀ ਤੋਂ ਹੋਰ ਮਾਲ ਸੁਭਾਵ ਖਜ਼ਾਨਾ ਤੇ 2200 ਇਹ ਇਸਤਰੀਆਂ ਜਿਹੜੀਆਂ ਮਰਾਠਾ ਪਰਿਵਾਰਾਂ ਦੇ ਨਾਲ ਸੰਬੰਧਿਤ ਸਨ ਮਰਾਟੀਆਂ ਸੀ ਅੱਜ ਕਹਿ ਅੱਜ ਕਹਿ ਸਕਦੇ ਆ ਮਹਾਰਾਸ਼ਟਰ ਦੇ ਕੰਨ ਰਹਿਣ ਵਾਲੇ ਅਸੀਂ ਕਹਿ ਸਕਦੇ ਹਾਂ ਉਹਨਾਂ ਨੂੰ 2200 ਨੂੰ ਬੰਨ ਕੇ ਤੇ ਵਾਪਸ ਲੈ ਤੁਰਿਆ ਹੁਣ ਦੇਖੋ ਇਸ ਗੱਲ ਦਾ ਕੀ ਜਵਾਬ ਹੈ ਅਸੀਂ ਤਨਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਬਤ ਜ਼ਿਕਰ ਕਰਦੇ ਹਾਂ ਕਿ ਉਹ ਤਿਲਕ ਜੰਨੂ ਦੀ ਖਾਤਰ ਦਿੱਲੀ ਜਾਂਦੇ ਨੇ ਭਾਈ ਮਤੀ ਦਾਸ ਸਹਿਤ ਭਾਈ ਸਤੀ ਦਾਸ ਸਹਿਤ 아이 데알라지 ਦੇ ਸਹਤ ਸ਼ਹੀਦ ਹੁੰਦੇ ਨੇ ਤੇ ਆਨੰਦਪੁਰੋਂ ਜਿਸ ਵੇਲੇ ਨਿਕਲੇ ਨੇ ਤੁਰਨ ਲੱਗੇ ਨੇ ਤੇ ਆਨੰਦਪੁਰ ਨਿਵਾਸੀ ਵਿਦਾ ਕਰਦੇ ਹੋਏ ਉਹਨਾਂ ਦੇ ਅੰਸੂ ਛਲਕ ਪੈਂਦੇ ਨੇ ਵਿਰਾਗ ਵਿੱਚ ਆ ਜਾਂਦੇ ਨੇ ਤੇ ਸਤਗੁਰੂ ਮਹਾਰਾਜ ਉਹਨਾਂ ਨੂੰ ਸੰਬੋਧਨ ਕਰਦੇ ਆਂਖਦੇ ਨੇ ਨਾ ਰੋਵੋ ਬੇਟਾ ਅੰਸੂ ਦੇਖ ਮੁਝ ਕੋ ਮੈਂ ਸੀਸ ਕੀ ਪਹਿੰਟ ਚੜਾਣੇ ਚਲਾ ਹੂੰ जो गिर गए हैं मंदिर गिराए औरंगे मैं फिर से उनको बसाने चला हूँ जो जंजू को तोड़े और चोटी को काटे वही तेज़ खंजर मैं खाने चला हूँ मेरे बच्चे रोते रहें तो खुश हूँ मैं हिंदुओं के रोते हंसाने चला हूँ करो सबर बेटा जाओ लौट पीछे मैं धर्म का झंडा जुलाने चला हूँ ना आंसू बहाना मेरी लाश ऊपर मैं आंसू को बालम सुखाने चला हूँ ਤਨ ਗੁਰੂ ਤੇ ਇੱਕ ਬਹਾਦਰ ਸਾਹਿਬ ਜੀ ਨੇ ਜਿਨ੍ਹਾਂ ਦਾ ਤਿਲਕ ਜੰਨੂ ਦੇ ਨਾਲ ਕੋਈ ਵਾਸਤਾ ਨਹੀਂ ਸੀ ਤਿਲਕ ਜੰਨੂ ਪਹਿਨਣ ਵਾਲਿਆਂ ਦੀ ਧਰਮ ਰੱਖਿਆ ਦੇ ਵਾਸਤੇ ਆਪਣੀ ਸ਼ਹਾਦਤ ਦਿੱਤੀ ਹੁਣ ਧਿਆਨ ਕਰਨਾ ਇੰਨਾ ਹੀ ਪਦ ਚਿੰਨਾ ਤੇ ਚੱਲਣ ਵਾਲਾ ਖਾਲਸਾ ਜਥੇਦਾਰ ਜਸਾ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਆਲੂ ਵਾਲੀਆਂ ਸਰਦਾਰ ਦੀ ਅਗਵਾਈ ਦੇ ਵਿੱਚ ਕਮਾਂਡ ਦੇ ਵਿੱਚ ਅੱਗੇ ਵੱਧਦਾ ਹੈ ਤੇ ਭਾਰਤ ਤੋਂ ਉਹ ਮਹਾਰਾਸ਼ਟਰਾਂ ਦੀਆਂ ਰਹਿਣ ਵਾਲੀਆਂ ਮਰਾਠਿਆਂ ਦੀਆਂ ਘਰ ਵਾਲੀਆਂ ਬਹੁ ਬੇਟੀਆਂ ਜਿਹੜੀਆਂ ਬੰਨ ਕੇ ਲ ਜਾ ਰਹੇ ਅਸੀਂ ਅਹਿਮਦ ਸ਼ਾਹ ਬਦਾਲੀ ਉਹਨਾਂ ਸਾਰਿਆਂ ਨੂੰ ਛੁਡਾ ਲੈਂਦੇ ਅਟੈਕ ਕਰਕੇ ਹਮਲਾ ਕਰਕੇ ਮੈਂ ਇਤਿਹਾਸ ਦਾ ਪੰਨਾ ਮੈਂ ਪੜ੍ਹ ਕੇ ਹੈਰਾਨ ਹੋਇਆ ਤੇ ਮੈਂ ਤੁਹਾਡੇ ਸਾਰਿਆਂ ਦੇ ਧਿਆਨ ਵਿੱਚ ਇਹ ਗੱਲ ਲਿਆਉਣੀ ਚਾਹੁੰਦਾ ਔਰ 2200 ਨੂੰ ਛੁਡਾ ਲੈਣਾ ਗੱਲ ਕੇਵਲ ਇਨਫ ਨਹੀਂ ਹੈ ਇੱਥੇ ਮੁੱਕ ਨਹੀਂ ਜਾਂਦੀ ਸਗੋ ਇਹ ਤਾਂ ਇੱਕ ਭਾਰੀ ਜ਼ਿੰਮੇਵਾਰੀ ਸੀ ਜਿਸ ਜ਼ਿੰਮੇਵਾਰੀ ਨੂੰ ਇਹਨਾਂ ਨੇ ਆਪਣੇ ਸਿਰ ਤੇ ਉਠਾ ਲਿਆ ਕਿ 2200 ਨੂੰ ਇਧਰੋਂ ਛੁਡਾ ਕੇ ਤੇ ਸਹੀ ਸਲਾਮਤ ਘਰੋ ਘਰੀ ਪਹੁੰਚਾਉਣਾ ਤੇ ਪੰਜਾਬ ਦੀਆਂ ਰਹਿਣ ਵਾਲੀਆਂ ਤਾਂ ਸਨ ਨਹੀਂ ਹੈਗੇ ਤਾਂ ਮਹਾਰਾਸ਼ਟਰਾ ਦੀਆਂ ਰਹਿਣ ਵਾਲੀਆਂ ਸਨ ਖਰਚੀ ਤਾਂ ਰੱਖਣ ਵਾਲੀ ਗੱਲ ਹੈ ਕਿ ਉਸ ਵੇਲੇ ਗੱਡੀਆਂ ਨਹੀਂ ਚਲਦੀਆਂ ਹੁੰਦੀਆਂ ਸਨ ਕਿ ਟ੍ਰੇਨਾਂ ਬੁੱਕ ਕਰਵਾ ਦਿੱਤੀਆਂ ਜਾਣ ਇਹਨਾਂ ਨੂੰ ਟ੍ਰੇਨਾਂ 'ਚ ਬਿਠਾ ਦਿੱਤਾ ਜਾਵੇ ਆਪਣੇ ਆਪ ਪਹੁੰਚ ਜਾਣਗੀਆਂ ਜਹਾਜ਼ ਨਹੀਂ ਚੱਲਦੇ ਸਨ ਕੀ ਝੁਗਤੀ ਸੀ ਕਿ ਸਿੰਘਾਂ ਨੇ ਆਪਣੇ ਘੋੜਿਆਂ ਦੇ ਪਿੱਛੇ ਬਿਠਾ ਕੇ ਆਪਣੀਆਂ ਧੀਆਂ ਆਪਣੀਆਂ ਭੈਣਾਂ ਜਾਣਦਿਆਂ ਹੋਇਆਂ ਉਹਨਾਂ ਨੂੰ ਸਹੀ ਸਲਾਮਤ ਮਹਾਰਾਸ਼ਟਰਾ ਦੇ ਵਿੱਚ ਆਪੋ ਆਪਣੇ ਘਰਾਂ ਦੇ ਵਿੱਚ ਪਹੁੰਚਾਇਆ ਅਰ ਇਤਿਹਾਸ ਦਾ ਪੰਨਾ ਹੈ ਦੇਖਣਾ ਜਿਹੜਾ ਕਾਜ਼ੀ ਨੂਰ ਮੁਹੰਮਦ ਖਾਨ ਨਾਲ ਆਉਂਦਾ ਹੈ 1762 ਦੇ ਵਿੱਚ ਉਹ ਪਹਿਲਾਂ ਵੀ ਆਇਆ ਹੋਇਆ ਸੀ ਉਹ ਵਿਟਨੈਸ ਦਿੰਦਾ ਹੋਇਆ ਇਹ ਕਹਿੰਦਾ ਹੈ ਕਿ ਜ਼ਨਾਹਮ ਨਾ ਬਾਸ਼ਦੀ ਮਿਆਂ ਨੇ ਸਗਾ ਇਹਨਾਂ ਦੇ ਵਿੱਚ ਇਸ ਪ੍ਰਕਾਰ ਦੀ ਕੋਈ ਕਮਜ਼ੋਰੀ ਨਹੀਂ ਹੈ ਇਹ ਧੀ ਨੂੰ ਧੀ ਆਖਦੇ ਨੇ ਭੈਣ ਨੂੰ ਭੈਣ ਸਮਝਦੇ ਨੇ ਤੇ ਹਰ ਇਸਤਰੀ ਨੂੰ ਬੁੜੀਆਂ ਆਖ ਕੇ ਬੋਲਦੇ ਨੇ ਮਾਈ ਆਖਦੇ ਨੇ ਔਰ ਮੈਂ ਹੈਰਾਨ ਆ ਭਾਵੇਂ ਕਾਜ਼ੀ ਨੂਰ ਮੁਹੰਮਦ ਖਾਨ ਹੈ ਤੇ ਭਾਵੇਂ ਕੋਈ ਹੋਰ ਹੈ ਕਿਸੇ ਨੇ ਇਹ ਨਹੀਂ ਆਖਿਆ ਕਿ ਇਹ ਮਰਾਠਿਆਂ ਨੂੰ ਛਡਾ ਕੇ ਇਹਨਾਂ ਦੀਆਂ ਨਾਰਾਂ ਨੂੰ ਛਡਾ ਕੇ ਤੇ ਸਿਖਾਣੇ ਕਿਸੇ ਸਿੱਖ ਨੇ ਆਪਣੇ ਘਰ ਵਿੱਚ ਪਾਲਿਆ ਹੋਵੇ ਉਹਨਾਂ ਨੂੰ ਐਸਾ ਕੋਈ ਇਤਿਹਾਸ ਹਵਾਲਾ ਨਹੀਂ ਮਿਲਦਾ ਸਿੱਖ ਇਤਿਹਾਸਕਾਰਾਂ ਨੇ ਤਾਂ ਕੀ ਲਿਖਣਾ ਸੀ ਕੋਈ ਵਿਰੋਧੀ ਇਤਿਹਾਸਕਾਰ ਭਾਵੇਂ ਕੋਈ ਮੁਗਲ ਸੀ ਭਾਵੇਂ ਕੋਈ ਅੰਗਰੇਜ਼ ਸੀ ਭਾਵੇਂ ਕੋਈ ਹੋਰ ਹੈ ਇੰਦੂ ਭੂਸ਼ਣ ਬੈਨਰ ਜੀ ਵਰਗੇ ਸਨ ਗੋਕਲ ਚੰਦ ਨਾਰਕ ਵਰਗੇ ਸਨ ਕਿਸੇ ਨੇ ਐਸਾ ਜ਼ਿਕਰ ਨਹੀਂ ਕੀਤਾ ਕਿ ਸਿੱਖਾਂ ਨੇ ਕਦੀ ਉਸ ਸਮੇਂ ਕੁਝ ਵੀ ਐਸਾ ਕੀਤਾ ਹੋਵੇ ਅਰ ਇਹ ਨਿਭਾਉਣ ਵਾਲਾ ਕੌਣ ਸੀ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਜਿਨ੍ਹਾਂ ਦੀ ਕਮਾਨ ਹੇਠ ਇਹ ਸਾਰਾ ਕੁਝ ਕੀਤਾ ਇਹ ਸਮਝ ਕੇ ਕਿ ਇਹ ਹਿੰਦੁਸਤਾਨ ਦੀ ਅਜ਼ਮਤ ਹੈ ਇਹ ਸਮਝ ਕੇ ਸਾਡੀ ਕੌਮੀ ਅਸਮਤ ਹੈ ਸਾਡੀ ਕੌਮੀ ਅਸਮਤ ਹੈ ਇੱਜ਼ਤ ਹੈ ਸਾਡੀ ਅਸੀਂ ਆਪਣੀ ਕੌਮੀ ਇੱਜ਼ਤ ਨੂੰ ਕਿਸੇ ਨੂੰ ਹੱਥ ਨਹੀਂ ਪਾਉਣ ਦੇਵਾਂਗੇ ਵਾਰਸ ਬਣ ਕੇ ਕੌਮ ਦੀ ਹਿੰਦੁਸਤਾਨੀ ਕੌਮ ਦੀ ਇੱਜ਼ਤ ਦੇ ਵਾਰਸ ਬਣ ਕੇ ਜੂਝ ਕੇ ਅੱਗੇ ਹੋ ਕੇ ਇਹ ਸਾਰੇ ਕੰਮ ਕੀਤੇ ਔਰ ਯਾਦ ਰੱਖਣਾ ਜਿਸ ਦਾ ਹਵਾਲਾ ਮੈਂ ਪਹਿਲਾਂ ਦੇ ਚੁੱਕਾ 1762 ਦਾ ਜਿਸ ਵੇਲੇ ਐਮ ਸ਼ਾਹ ਵਦਾਲੀ ਨੂੰ ਪਤਾ ਲੱਗਾ ਕਿ ਇਹ ਕੰਮ ਸਾਰਾ ਕਰਨ ਵਾਲੇ ਜਿਹੜੇ ਨੇ ਇਹ ਗੁਰੂ ਕੇ ਸਿੱਖ ਨੇ ਤੇ ਫਿਰ ਉਹਨੇ ਤૈયਿਆ ਕਰ ਲਿਆ ਵੀ ਅਗਲਾ ਜਿਹੜਾ ਮੇਰਾ ਅਟੈਕ ਹੋਵੇਗਾ ਹੁਣ ਮੈਂ ਮਰਟਿਆਂ ਨੂੰ ਮਾਰ ਆਇਆ ਅਗਲੇ ਅਟੈਕ ਦੇ ਵਿੱਚ ਮੈਂ ਇਹਨਾਂ ਸਿੱਖਾਂ ਦਾ ਨਾਮੁ ਨਿਸ਼ਾਨ ਮਿਟਾ ਦੇਗਾ ਫਾਰਸੀ ਦੇ ਲਫ਼ਜ਼ ਨੇ ਨਿਸਤੂ ਨਬੂਦ ਨਾਮੁ ਨਿਸ਼ਾਨ ਮਿਟਾ ਦੇਣਾ ਮੈਂ ਐਸਾ ਕਰਾਂਗਾ ਜਿਸਕਾ ਹਾਮੀ ਹੋ ਖੁਦਾ ਉਸੇ ਬੁਝਾ ਸਕਦਾ ਹੈ ਕੌਣ ਇਹ ਤਾਂ ਗੱਲਾਂ ਰਹੀਆਂ ਨਾ ਲੇਕਿਨ ਮੈਂ ਸਰਦਾਰ ਜਸ ਸਿੰਘ ਆਹਲੂਵਾਲੀਆ ਜਿਨ੍ਹਾਂ ਦੀ ਇਹ ਤੀਸਰੀ ਜਨਮ ਸ਼ਤਾਬਦੀ ਮਨਾਈ ਜਾ ਰਹੀ ਹੈ ਮੈਂ ਉਹਨਾਂ ਤੇ ਇਤਿਹਾਸ ਤੇ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਤੇ ਆਪ ਸਾਰਿਆਂ ਦੇ ਨਾਲ ਮੈਂ ਇਹ ਸਾਂਝ ਪਾਉਣੀ ਚਾਹੁੰਦਾ ਇਸ ਗੱਲ ਦੀ ਇਸ ਖਿਆਲ ਦੀ 1761 ਦੇ ਵਿੱਚ ਜਿਸ ਵੇਲੇ ਪਾਣੀਪਤ ਦੇ ਮੈਦਾਨ ਦੇ ਵਿੱਚ ਮਰਾਟਿਆਂ ਨੂੰ ਮਾਰ ਕੇ ਅਬਦਾਲੀ ਵਾਪਸ ਮੁੜਦਾ ਹੈ ਜਿੱਥੇ ਇਹ ਕਾਰਜ ਕੀਤਾ ਹੈ ਬਹੁ ਬੇਟੀਆਂ ਨੂੰ ਛਡਾਉਣ ਵਾਲਾ ਉੱਥੇ ਅੱਗੇ ਵੱਧ ਕੇ ਲਾਹੌਰ ਤੇ ਕਬਜ਼ਾ ਕਰ ਲਿਆ ਤੇ ਲਾਹੌਰ ਤੇ ਕਬਜ਼ਾ ਕਰਕੇ ਲਾਹੌਰ ਦੇ ਤਖਤ ਤੇ ਜਿਸ ਵੇਲੇ ਬੈਠੇ ਤੇ ਖਾਲਸੇ ਨੇ ਅੱਜ ਪਾਤਸ਼ਾਹ ਆਖਿਆ ਕਹਿਣ ਲੱਗੇ ਅਸੀਂ ਅੱਗੇ ਭਾਵਨਾ ਦੇ ਤਹਿਤ ਪਾਤਸ਼ਾਹ ਆਖਿਆ ਕਰਦੇ ਸਾਂ ਅੱਜ ਸੱਚ ਦਾ ਪਾਤਸ਼ਾਹ ਹੈ ਅੱਜ ਹਕੀਕਤਨ ਪਾਤਸ਼ਾਹ ਹੈ ਜਸਾ ਸਿੰਘ ਉਹ ਰਾਣੇ ਬੈਠ ਕੇ ਭੰਗੀ ਸਰਦਾਰਾਂ ਦੇ ਨਾਲ ਰੜ ਕੇ ਖਜ਼ਾਨੇ ਵਿੱਚ ਜਿਸ ਵੇਲੇ ਰੁਪਈਏ ਟਰਾਲੇ ਨੇ ਚਾਂਦੀ ਦੇ ਰੁਪਈਏ ਤਾਂ ਉਥੇ ਉਹੀ ਉੱਪਰ ਮੋਹਰ ਜਿਹੜੀ ਹੈ ਠੱਪਾ ਲਗਾਇਆ ਗਿਆ ਜਿਹੜਾ ਠੱਪਾ ਕਦੀ ਲੋਹਗੜ੍ਹ ਦੇ ਕਿਲੇ ਦੇ ਵਿੱਚ ਟਕਸਾਲ ਦੇ ਵਿੱਚ ਬਾਬਾ ਬੰਦਾ ਸਿੰਘ ਬਰਤੇ ਆ ਸੀ ਦੇ ਕੋ ਤੇ ਫਤਾ ਨੁਸ਼ਰਤ ਬੇਦਰੰਗ ਯਾਫਤਾ ਜਨਾਨਕ ਗੁਰਗੋਬਿੰਦ ਸਿੰਘ ਐ ਠੱਪਾ ਵਰਤੇ ਆ ਗਿਆ ਲੇਕਿਨ ਕਮਾਲ ਦੀ ਗੱਲ ਇਹ ਹੈ ਕਿ ਬਾਤ ਅਹਿਮਦ ਸ਼ਾਹ ਅਬਦਾਲੀ ਜੋ ਕਾਬਲ ਪਹੁੰਚ ਚੁੱਕਾ ਸੀ ਉਹਨੂੰ ਉਕਸਾਉਣ ਵਾਸਤੇ ਕੁਝ ਗੁਰੂ ਦੋਖੀਆਂ ਨੇ ਪੰਥ ਦੋਖੀਆਂ ਨੇ ਕੁਝ ਹੋਰ ਸਿੱਖਾਂ ਟਾਲਿਆ ਤੇ ਉਸ ਦੇ ਉੱਪਰ ਨਾ ਐਸ ਪ੍ਰਕਾਰ ਦਾ ਠੱਪਾ ਲਗਾ ਦਿੱਤਾ ਸਿੱਖਾ ਜ਼ਦ ਦਰ ਬਫਜ਼ਲ ਅਕਾਲ ਮੁਲਕ ਅਹਿਮਦ ਗ੍ਰਿਫਤ ਜਸਾ ਕਲਾਨ ਜਿਸ ਦਾ ਭਾਵ ਇਹ ਹੈ ਮੁਲਕੇ ਅਹਿਮਦ ਅਹਿਮਦ ਦਾ ਮੁਲਕ ਅਹਿਮਦ ਸ਼ਾਹ ਬਦਾਲੀ ਦਾ ਮੁਲਕ ਗ੍ਰਿਫਤ ਜੱਸਾ ਕਲਾਲ ਜੱਸਾ ਸਿੰਘ ਕਲਾਲ ਨੇ ਕਾਬੂ ਕਰ ਲਿਆ ਜਿਵੇਂ ਕਹਿੰਦੇ ਨੇ ਕਿਸੇ ਨੂੰ ਪ੍ਰੋਵੋਕੇਟ ਕਰਨ ਇਹ ਪ੍ਰੋਵੋਕੇਸ਼ਨ ਸੀ ਸਾਰੀ ਐਵੇਂ ਇੱਕ ਝੂਠਾ ਸਿੱਕਾ ਬਣਾਇਆ ਪਰ ਝੂਠਾ ਸਿੱਕਾ ਹੋਣ ਦੇ ਬਾਵਜੂਦ ਇਸ ਸੱਚ ਨੂੰ ਜ਼ਰੂਰ ਪ੍ਰਗਟ ਕਰਦਾ ਹੈ ਕਿ ਮੁਲਕੇ ਅਹਿਮਦ ਗ੍ਰਿਫਤ ਜੱਸਾ ਕਲਾਲ ਇਹ ਸੱਚ ਹੈ 1761 ਦੇ ਵਿੱਚ ਖਾਲਸੇ ਨੇ ਇੱਥੇ ਜੱਸਾ ਸਿੰਘ ਹੋਰਾਂ ਦੇ ਪਾਤਸ਼ਾਹ ਹੋਣ ਦਾ ਐਲਾਨ ਕੀਤਾ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਇਹ ਵਾਕ ਯਾਦ ਨਹੀਂ ਆਉਂਦੇ ਪਾਸ਼ੰ ਕਰੋਤ ਅਗਰ ਨਹੀਂ ਵਾ ਨਰਾਸ ਸਿੰਘ ਆਸਪੂਰਨ ਨਿਰਧਨੰ ਪਹੰਤਨ ਮੰਤਹ ਰੋਗਿੰ ਰੋਗ ਖੰਡਨ ਭਗਤੰ ਭਗਤੀਦਾਨੰ ਰਾਮ ਨਾਮ ਗੁਣ ਕੀਰਤਨ ਹ ਪਾਰ ਬ੍ਰह्म ਦਿਆਲਨ ਨਾਨਕ ਗੁਰ ਸੇਵਾ ਕਿੰ ਨ ਲੱਭੇਤੇ ਪਾਰ ਬ੍ਰह्म ਪੁਰਖ ਦਾ ਤਾਰ へ ਦਾਤਾਰ ਹ ਨਾਨਕ ਗੁਰ ਸੇਵਾ ਕਿੰ ਨ ਲੱਭੇਤੇ ਗੁਰੂ ਸੇਵਾ ਤੋਂ ਕੀ ਨਹੀਂ ਲੱਭ ਸਕਦਾ ਪਾਛੰ ਕਰੋਤ ਅਗਰ ਨਿਮ ਜਿਹੜੇ ਪਿੱਛੇ ਰਹਿਣ ਵਾਲੇ ਨੇ ਆਗੂ ਬਣ ਜਾਂਦੇ ਨੇ ਨਿਰਾਸ਼ ਸੰਗ ਆਸ਼ਪੂਰਨਾ ਮੇਰ ਤੁਨੰਗ ਭਯੰਤਨ ਮੰਤ ਜਿਵੇਂ ਅਸੀਂ ਆਰੰਭ ਦੇ ਵਿੱਚ ਵਿਚਾਰ ਚੁੱਕੇ ਆ ਯਤੀਮੀ ਦੀ ਅਵਸਥਾ ਦੇ ਵਿੱਚੋਂ ਨਿਕਲਣ ਵਾਲੇ ਜਸਾ ਸਿੰਘ ਅੱਜ ਲਾਹੌਰ ਦੇ ਵਿੱਚ ਲਾਹੌਰ ਦੇ ਤਖਤ ਤੇ ਬਾਦਸ਼ਾਹ ਹੋਏ 1762 ਵਾਲੀ ਗੱਲ ਜਿਹੜੀ ਹੈ ਮੈਂ ਫਿਰ ਤੁਹਾਡੇ ਧਿਆਨ ਵਿੱਚ ਲਿਆ ਆਂ ਜਿਸ ਵੇਲੇ ਕੱਲੂ ਘਾਰੇ ਦੇ ਵਿੱਚ ਨੁਕਸਾਨ ਕੀਤਾ ਖਾਸ ਤੌਰ ਤੇ ਇੱਕ ਜ਼ਵਾਨ ਹੀ ਇਹ ਗੱਲ ਆਮ ਤੌਰ ਤੇ ਮੰਨੀ ਜਾਂਦੀ ਹੈ ਕਿ 30000 ਤੋਂ ਲੈ ਕੇ 35000 ਸਿੱਖ ਬੱਚੇ ਬੁੱਢੇ ਬੀਬੀਆਂ ਅਤੇ ਜਿਹੜੇ ਸੂਰਮੇ ਸਿਪਾਹੀ ਸਨ ਨਾ ਇਹ ਇੱਕ ਦਿਨ ਦੇ ਵਿੱਚ ਕਤਲ ਕੀਤੇ ਗਏ 5 ਫਰਵਰੀ ਵਾਲੇ ਦਿਨ ਅਹਿਮਦ ਸ਼ਾਹ ਵਦਾਲੀ ਨਹੀਂ ਸਮਝਦਾ ਸੀ ਕਿ ਸਿੱਖ ਹੋ ਸਕਣਗੇ ਉਹਨੇ ਵੇਖ ਲਿਆ ਸੀ ਕਿ ਜਿਹੜੀ ਚਪੇੜ ਮੈਂ ਮਰਾਠਿਆਂ ਨੂੰ ਮਾਰੀ ਹੈ ਅਜੇ ਤੱਕ ਉਹਨਾਂ ਨੇ ਸੁਰਤ ਨਹੀਂ ਸੰਭਾਲੀ ਜਿਹੜੇ ਦਿੱਲੀ ਤੇ ਕਾਬਜ਼ ਹੋਏ ਬੈਠੇ ਸਨ ਤੇ ਸਿੱਖਾਂ ਦੇ ਕੋਲ ਤਾਂ ਹੈ ਹੀ ਕੁਝ ਨਹੀਂ ਸੀ ਤੇ ਇਹ ਕਦੋਂ ਸੁਰਤ ਸੰਭਾਲਣਗੇ ਲੇਕਿਨ ਉਹ ਹੈਰਾਨ ਹੋਇਆ ਅਜੇ ਉਹ ਵਾਪਸ ਮੁੜ ਕੇ ਅੰਮ੍ਰਿਤਸਰ ਆ ਕੇ ਬੈਠਾ ਹੈ ਤੇ ਸਿੱਖ ਸਾਵਧਾਨ ਹੋ ਕੇ ਮਈ ਮਹੀਨਿਆਂ ਦੇ ਮਹੀਨੇ ਦੇ ਵਿੱਚ ਅੱਗੇ ਵਧ ਕੇ ਜਿਹੜਾ ਸਰਹੰਦ ਦਾ ਸੂਬੇਦਾਰ ਸੀ ਥਾਪਿਆ ਸੀ ਜ਼ੈਨ ਖਾਨ ਜ਼ੈਨ ਖਾਨ ਨੂੰ ਮਾਰ ਦਿੱਤਾ ਸਰਹੰਦ ਕਬਜ਼ੇ ਵਿੱਚ ਕਰ ਲਿਆ ਇਹ ਅਜੇ ਲਾਹੌਰ ਬੈਠਾ ਹੋਇਆ ਹੈ ਸਿਖਾ ਨੇ ਦੀਵਾਲੀ ਤੇ ਭਾਰੀ ਇਕੱਠ ਕੀਤਾ ਇਸ ਦਾ ਸੁਨੇਹਾ ਆਇਆ ਕਿ ਮੈਂ ਤੁਹਾਡੇ ਨਾਲ ਰਾਜ ਦੇ ਬਾਬਤ ਕੁਝ ਸੋਹਣ ਸਫਾਈ ਵਾਲੀ ਗੱਲ ਕਰਨਾ ਚਾਹੁੰਦਾ ਤੁਹਾਨੂੰ ਮਾਰਨਾ ਨੁਕਸਾਨ ਪਹੁੰਚਾਉਣਾ ਮੇਰਾ ਮਕਸਦ ਨਹੀਂ ਲੇਕਿਨ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਜਥੇਦਾਰ ਸਾਹਿਬ ਜਵਾਬ ਦਿੰਦੇ ਨੇ ਹੁਣ 13 ਤੇ ਸਾਡਾ ਜਿਹੜਾ ਮੇਲ ਮੁਲਾਕਾਤ ਹੈ ਨਾ ਤੇ ਫੈਸਲੇ ਨੇ ਜਿਹੜੇ ਇਹ ਤਲਵਾਰ ਨਾਲ ਹੀ ਹੋਣਗੇ ਪਾਤਸ਼ਾਹੀਆਂ ਕਦੀ ਮੰਗ ਕੇ ਨਹੀਂ ਲਈਆਂ ਜਾਂਦੀਆਂ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ নিজ ਬੜਸੇ ਲੈ ਖਾਲਸਾ ਬਲ ਦੇ ਨਾਲ ਪ੍ਰਾਪਤ ਕਰੇਗਾ ਹਮਕੋ ਸਤਗੁਰ ਦਈ ਪਾਤਸ਼ਾਹੀ ਕੋਈ ਅਹੰਦ ਸ਼ਾਬਦਾਲੀ ਕੌਣ ਹੁੰਦਾ ਹੈ ਪਾਤਸ਼ਾਹੀਆਂ ਦੇਣ ਵਾਲਾ ਅਰ ਹੈਰਾਨੀ ਦੀ ਬਾਤ ਇਹ ਹੈ ਇਤਨੀ ਜ਼ਬਰਦਸਤ ਛਪੀਚ ਕੀਤੀ ਇਸ ਦੀਵਾਲੀ ਦੇ ਮੌਕੇ ਤੇ ਭਰੇ ਹੋਏ ਇਕੱਠ ਦੇ ਵਿੱਚ ਕਿ ਖਾਲਸੇ ਨੇ ਜਿਵੇਂ ਕਹਿੰਦੇ ਨਾ ਹੰਨੇ ਜਾਂ ਬੰਨੇ ਵਾਲੀ ਗੱਲ ਕਰਨ ਵਾਸਤੇ ਤਿਆਰ ਕਰ ਲਿਆ ਅੰਮ੍ਰਿਤਸਰ ਤੋਂ ਬਾਹਰ ਨਿਕਲੇ ਆਏ ਉਧਰ ਅਹਿਮਦ ਸ਼ਾਹ ਅਬਦਾਲੀ ਆਇਆ ਫਿਰ ਮੁੜ ਕੇ ਜ਼ਬਰਦਸਤ ਲੜਾਈ ਹੋਈ ਮੁੱਠ ਭੇੜ ਹੋਈ ਲੇਕਿਨ ਇਸ ਵਾਰੀ ਅਹਿਮਦ ਸ਼ਾਹ ਅਬਦਾਲੀ ਸੰਭਲ ਨਹੀਂ ਸਕਿਆ ਉਹਦੇ ਪੈਰ ਉਖੜ ਗਏ ਮੈਨੂੰ ਖਿਮਾ ਕਰਨਾ ਜਿਸ ਵਨੇ ਪੈਰ ਉਖੜ ਗਏ ਤੇ ਫਿਰ ਅਮਦਸ਼ਾਲੀ ਅਮ ਉਹਨੇ ਅਬਦਾਲੀ ਨੇ ਰਾਤ ਵੀ ਲਾਹੌਰ ਵਿੱਚ ਕੱਟਣੀ ਮੁਨਾਸਬ ਨਹੀਂ ਸਮਝੀ ਲੇਕਿਨ ਸਿੰਘਾਂ ਨੇ ਵੀ ਪਿੱਛਾ ਨਹੀਂ ਛੱਡਿਆ ਜਦ ਤੱਕ ਉਹ ਚਨਾਮ ਪਾਰ ਨਹੀਂ ਕਰ ਗਿਆ ਚਨਾਮ ਪਾਰ ਨਹੀਂ ਕਰ ਗਿਆ ਛੱਡਿਆ ਨਹੀਂ ਉਸ ਨੇ ਮੈਂ ਇਹ ਸਾਰੀਆਂ ਗੱਲਾਂ ਇਸ ਲਈ ਆਪ ਜੀ ਦੇ ਧਿਆਨ ਵਿੱਚ ਲਿਆਉਣੀਆਂ ਚਾਹੁੰਦਾ 1748 ਦੇ ਵਿੱਚ ਨਵਾਬ ਕਪੂਰ ਸਿੰਘ ਹੋਰਾਂ ਨੇ ਆਪਣੇ ਵੱਲੋਂ ਖਾਲਸਾ ਦੰਦ ਲਈ ਇਹਨਾਂ ਨੂੰ ਕਮਾਨ ਸੌਂਪ ਦਿੱਤੀ ਸੀ 53 ਵਿੱਚ 1753 ਵਿੱਚ ਨਵਾਬ ਕਪੂਰ ਸਿੰਘ ਹੋਣੀ ਚਲਾਣਾ ਕਰ ਗਿਆ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਜਿਸ ਵੇਲੇ ਦਸਤਾਰਬੰਦੀ ਹੋਈ ਤੇ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਫਿਰ ਵਿਸ਼ੇਸ਼ ਇਕੱਠ ਹੋਇਆ ਉਸ ਵਿਸ਼ੇਸ਼ ਇਕੱਠ ਵਿੱਚ ਸਾਰੀਆਂ ਮਿਸਲਾਂ ਦੇ ਸਰਦਾਰਾਂ ਨੇ ਆਗੂਆਂ ਨੇ ਇੱਕ ਜ਼ੁਬਾਨ ਹੋ ਕੇ ਆਲੂਵਾਲੀਆ ਸਰਦਾਰ ਨੂੰ ਫਿਰ ਆਪਣਾ ਲੀਡਰ ਚੁਣਿਆ ਆਪਣਾ ਆਗੂ ਚੁਣਿਆ ਕਿ ਖਾਲਸਾ ਦਲ ਦੇ ਸਮੁੱਚੇ ਰੂਪ ਦੇ ਵਿੱਚ ਭਾਵੇਂ ਮਿਸਲਾਂ ਆਪਣੀ ਆਪਣੀ ਥਾਂ ਤੇ ਕਾਇਮ ਨੇ ਬਾਰਾਂ ਮਿਸਲਾਂ ਕਾਇਮ ਨੇ ਪਰ ਸਮੁੱਚੇ ਦਲ ਦੇ ਜਿਹੜੇ ਆਗੂ ਨੇ ਮੁਖੀ ਨੇ ਨਵਾਬ ਕਪੂਰ ਸਿੰਘ ਹੋਰਾਂ ਦੀ ਥਾਂ ਤੇ ਅੱਜ ਤੋਂ ਜੱਸਾ ਸਿੰਘ ਆਲੂਵਾਲੀਆ ਹੋਣਗੇ ਸਰਦਾਰ ਆਲੂਵਾਲੀਆ ਦੇ ਬਾਬਤ ਇਹ ਵਿਸ਼ੇਸ਼ ਤੌਰ ਤੇ ਜ਼ਿਕਰ ਆਉਂਦਾ ਹੈ ਭਾਵੇਂ ਉਹ ਬੜੇ ਸ਼ੂਰਬੀਰ ਸਨ ਲੇਕਿਨ ਜਿੱਥੇ ਸ਼ੂਰਬੀਰ ਸਨ ਉੱਥੇ ਬੜੀ ਸੇਵਾ ਭਾਵਨਾ ਵਾਲੇ ਸਨ ਦੇਖੋ 1762 ਵਿੱਚ ਸਾਰਾ ਕੁਝ ਹੁੰਦਾ ਹੈ ਤੇ ਜਿਸ ਵੇਲੇ ਜ਼ੈਨ ਖਾਨ ਮਾਰਿਆ ਜਾਂਦਾ ਹੈ ਤੇ ਜ਼ੈਨ ਖਾਨ ਦੇ ਮਾਰਨ ਤੋਂ ਬਾਅਦ ਸਿੱਧੀ ਮੁੱਠ ਭੇੜ ਅਕਾਲ ਅਹਿਮਦ ਸ਼ਾਹ ਬਦਾਲੀ ਦੇ ਨਾਲ ਹੁੰਦੀ ਹੈ ਤੇ ਉਹ ਵੀ ਛੱਡ ਕੇ ਚਲਾ ਜਾਂਦਾ ਹੈ ਅਗਲੇ ਚੜ੍ਹਦੇ ਸਾਲ ਜਿਸ ਵੇਲੇ ਖਾਲਸੇ ਦੇ ਪੈਰ ਪੱਕੇ ਥੋੜੇ ਜਿਹਾ ਹੋ ਜਾਂਦੇ ਨੇ ਤੇ ਉਸ ਵੇਲੇ ਪਾਇਰ ਪੱਕੇ ਹੋਣ ਤੇ ਜਿੰਨਾ ਖਜ਼ਾਨਾ ਹੱਥ ਵਿੱਚ ਆਉਂਦਾ ਹੈ ਜਲਾਲਾਬਾਦ ਤੇ ਅਟੈਕ ਕਰਨ ਤੋਂ ਬਾਅਦ ਲੋਹਾਰੀ ਤੇ ਅਟੈਕ ਕਰਨ ਤੋਂ ਬਾਅਦ ਉਹ ਸਾਰੇ ਖਜ਼ਾਨੇ ਨੂੰ ਲਿਆ ਕੇ ਅੰਮ੍ਰਿਤਸਰ ਇੱਕ ਚਾਦਰ ਵਿਛਾ ਦਿੱਤੀ ਜਾਂਦੀ ਹੈ ਤੇ ਸਭ ਤੋਂ ਪਹਿਲਾਂ ਜੱਸਾ ਸਿੰਘ ਆਹਲੂਵਾਲੀਆ ਕਹਿੰਦੇ ਨੇ ਜਿਸ ਹਰਿਮੰਦਰ ਦੀ ਬੇਅਦਬੀ ਕੀਤੀ ਹੈ ਜਿਸ ਹਰਿਮੰਦਰ ਨੂੰ ਅਫਗਾਨੀ ਨੇ ਢਾਇਆ ਹੈ ਖਾਸਾ ਉਸ ਹਰਿਮੰਦਰ ਨੂੰ ਸਭ ਤੋਂ ਪਹਿਲਾਂ ਬਣਾਵੇ ਤੇ ਸਾਡੇ ਵੱਲੋਂ ਅਸੀਂ ਆਪਣੇ ਵੱਲੋਂ 9 ਲੱਖ ਰੁਪਏ ਭੇਟ ਕਰਦੇ ਹਾਂ ਚਾਦਰ ਵਿੱਚ ਭੇਟ ਕੀਤਾ ਰੱਖਿਆ ਤੇ ਬਾਕੀ ਸਰਦਾਰਾਂ ਨੂੰ ਭਰੇ ਰਿਆ 5 ਲੱਖ ਹੋਰ ਆਇਆ ਉਹ 14 ਲੱਖ ਰੁਪਇਆ ਸੂਰ ਸਿੰਘ ਦੇ ਰਹਿਣ ਵਾਲੇ ਭਾਈ ਦੇਸ ਰਾਜ ਉਹਨਾਂ ਦੇ ਹਵਾਲੇ ਕੀਤਾ ਤੇ ਆਖਿਆ ਜਿਵੇਂ ਪਹਿਲਾਂ ਇਮਾਰਤ ਬਣੀ ਹੋਈ ਸੀ ਤੁਸੀਂ ਸਾਰੀ ਪੁਣ ਛਾਣ ਕਰਕੇ ਪਤਾ ਕਰਕੇ ਉਸੇ ਢੰਗ ਦੇ ਨਾਲ ਜਿਹੜੀ ਹੈ ਹਰਿਮੰਦਰ ਸਾਹਿਬ ਦੀ ਇਮਾਰਤ ਅਸੀਂ ਬਣਾਉਣੀ ਚਾਹਾਂ ਫਿਰ ਮੁੜ ਕੇ ਬਣਾਉਣੀ ਚਾਹਾਂਗੇ ਤੇ ਤੁਸੀਂ ਅੱਗੇ ਲਾ ਕੇ ਇਹ ਸਾਰੀ ਸੇਵਾ ਕਰਵਾਓ ਸਰਦਾਰ ਸਾਹਿਬ ਜਿੱਥੇ ਸ਼ੋਰ ਬੀਰ ਨੇ ਉੱਥੇ ਸੇਵਾ ਦੇ ਪੁੰਜ ਨੇ ਅਰ ਜਿੱਥੇ ਸੇਵਾ ਦੇ ਪੁੰਜ ਨੇ ਹਿਰਦੇ ਵਿੱਚ ਦਇਆ ਵੀ ਵਸੀ ਹੋਈ ਹੈ ਵੈਰੋਵਾਲ ਇਹ ਮਾਝੇ ਦਾ ਇੱਕ ਪਿੰਡ ਕਦੀ ਇਹ ਪਠਾਣਾ ਦੇ ਕਬਜ਼ੇ ਵਿੱਚ ਹੁੰਦਾ ਸੀ ਪਠਾਣ ਆਪ ਮਾਰਿਆ ਗਿਆ ਤੇ ਉਸ ਦੀ ਘਰ ਵਾਲੀ ਬੇਵਾ ਜਿਸ ਨੂੰ ਵਿਧਵਾ ਆਖਦੇ ਹਾਂ ਸੀ ਉਸ ਦੀ ਬੇਵਾ ਸਰਦਾਰ ਜਸ ਸਿੰਘ ਹੋਰਾਂ ਦੇ ਪਾਸ ਆਈ ਤੇ ਆ ਕੇ ਆਖਿਆ ਸਰਦਾਰ ਸਾਹਿਬ ਤੁਸੀਂ ਬੜੇ ਨਿਆਕਾਰ ਹੋ ਤੁਸੀਂ ਬੜੇ ਨਰਮ ਦੇਲੋ ਤੁਹਾਨੂੰ ਪਤਾ ਹੈ ਕਿ ਸਿਰ ਤੋਂ ਬਾਪ ਜਿਸ ਵੇਲੇ ਉੱਠ ਜਾਂਦਾ ਹੈ ਤੇ ਸ਼ਰੀਰ ਕੀ ਕਰਿਆ ਕਰਦੇ ਨੇ ਮੇਰੇ ਪੁੱਤਰ ਦਾ ਬਾਪ ਸਿਰ ਤੋਂ ਉੱਠ ਗਿਆ ਹੈ ਤੇ ਸ਼ਰੀਰ ਸਾਨੂੰ ਵਸਣ ਨਹੀਂ ਦਿੰਦੇ ਸਾਡੀ ਮਦਦ ਕਰੋ ਤੇ ਨਵਾਬ ਜੱਸਾ ਸਿੰਘ ਸੁਦਾਰ ਜੱਸਾ ਸਿੰਘ ਆਲੂਵਾਲੀਆ ਵੈਰੋਵਾਲ ਦੇ ਵਿੱਚ ਆਪ ਆ ਕੇ ਉਹਨਾਂ ਨੂੰ ਇੱਕ ਕਿਲਾ ਉਸਾਰ ਕੇ ਦਿੰਦੇ ਨੇ ਜਿੱਥੇ ਰਹਿ ਕੇ ਜਿਸ ਕਿਲੇ ਵਿੱਚ ਠਹਿਰ ਕੇ ਉਹ ਆਪਣੀ ਰੱਖਿਆ ਕਰ ਸਕਦੇ ਨੇ ਅਰ ਸਲਾਮਤੀ ਦੇ ਵਿੱਚ ਰਹਿੰਦੇ ਹੋયા ਆਪਣਾ ਜੀਵਨ ਨੂੰ ਬਸਰ ਕਰ ਸਕਦੇ ਨੇ ਮੈਂ ਸਮਝਦਾ 1783 ਵਾਲਾ ਅਸੀਂ ਜ਼ਿਕਰ ਨਾ ਕਰੀਏ ਤੇ ਸਰਦਾਰ ਜੱਸਾ ਸਿੰਘ ਹੋਰਾਂ ਦਾ ਜਿਹੜਾ ਜੀਵਨ ਇਤਿਹਾਸ ਹੈ ਨਾ ਇਹ ਕਹਿਣਾ ਅਧੂਰਾ ਰਹਿ ਜਾਂਦਾ ਹੈ ਭਾਵੇਂ ਇਸ ਤੋਂ ਪਹਿਲਾਂ ਵੀ ਕਈ ਵਾਰ ਉਹ ਦਿੱਲੀ ਦੀਆਂ ਦੀਵਾਰਾਂ ਢਾ ਆਏ ਸਨ ਕਈ ਵਾਰ ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਆਪਣੇ ਘੋੜੇ ਕੱਢ ਆਏ ਸਨ ਪਰ 1783 ਦੇ ਵਿੱਚ ਖਾਲਸਾ ਦਲ ਦੀ ਅਗਵਾਈ ਕਰਦੇ ਆ ਹੋਇਆ ਜਿਸ ਦੇ ਭਰਪੂਰ ਸਹਿਯੋਗੀ ਨੇ ਸਰਦਾਰ ਬਗੇਲ ਸਿੰਘ ਜੀ ਭਰਪੂਰ ਸਹਿਯੋਗੀ ਨੇ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਝੰਡਾ ਸਿੰਘ ਤੇ ਹੋਰ ਸ਼ਿਦਾਰ ਤਾਰਾ ਸਿੰਘ ਕੇਬਾ ਇਹਨਾਂ ਸਾਰਿਆਂ ਨੂੰ ਲੈ ਕੇ ਦਿੱਲੀ ਤੇ ਅਟੈਕ ਕਰਦੇ ਨੇ ਅਤੇ ਲਾਲ ਕਿਲੇ ਤੇ ਝੰਡਾ ਚੁਲਾਇਆ ਜਾਂਦਾ ਹੈ ਇਹ ਗੱਲ 1783 ਦੀ ਮਾਰਚ ਮਹੀਨੇ 1783 ਦੀ ਹੈ ਇਹ ਨਿਮਰਤਾ ਹੀ ਆਇਆ ਨਾ ਅਰ ਇਤਿਹਾਸ ਦਾ ਜੇ ਅਸੀਂ ਆਖੀਏ ਕਿ ਇੱਕ ਅਜੀਬ ਜਿਹਾ ਪੰਨਾ ਹੈ ਦਿੱਲੀ ਕਬਜ਼ੇ ਵਿੱਚ ਆਈ ਲੇਕਿਨ ਸਰਦਾਰਾਂ ਦੇ ਅੰਦਰ ਥੋੜੀ ਜੀ ਕੁਝ ਖਿਚੋ ਤਾਣ ਵੇਖਦੇ ਆ ਹੋਇਆ ਕਿ ਸਰਦਾਰ ਜੱਸਾ ਸਿੰਘ ਰਾਮਗੜੀ ਆ ਇਹ ਕਹਿ ਰਹੇ ਨੇ ਕਿ ਦਿੱਲੀ ਦੇ ਤਖਤ ਤੇ ਬੈਠਣਾ ਦਾ ਅਧਿਕਾਰ ਮੇਰਾ ਬਣਦਾ ਹੈ ਸਰਦਾਰ ਬਗੇਲ ਸਿੰਘ ਕਹਿੰਦੇ ਨੇ ਇਹ ਅਧਿਕਾਰ ਮੇਰਾ ਬਣਦਾ ਹੈ ਕਿਉਂਕਿ ਦੋਵੇਂ ਹੀ ਇਹਨਾਂ ਇਲਾਕਿਆਂ ਦੇ ਵਿੱਚ ਅਕਸਰ ਮਾਰਾਂ ਮਾਰਦੇ ਰਹਿੰਦੇ ਸਨ ਯਮਨਾ ਪਾਰ ਦੀ ਇਹਨਾਂ ਇਲਾਕਿਆਂ ਦੇ ਵਿੱਚ ਲੇਕਿਨ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਮੁੱਚੇ ਖਾਲਸਾ ਦਲ ਦੇ ਆਗੂ ਸਨ ਜਿਨ੍ਹਾਂ ਨੂੰ ਪਾਤਸ਼ਾਹ ਇਹ ਸ਼ਿੰਗਾਰ ਖਿਆ ਜਾਂਦਾ ਸੀ ਜਿਸ ਵੇਲੇ ਉਹਨਾਂ ਨੇ ਥੋੜੀ ਜੀ ਇਹ ਖਿਚਾਵ ਵਾਲੀ ਅਵਸਥਾ ਦੇਖੀ ਤੇ ਤਖਤ ਉਤਰ ਆਇਆ ਕਹਿਣ ਲੱਗੇ ਇਹ ਸਤਕਾਰਯੋਗ ਮਾਤਾ ਸੁੰਦਰੀ ਜੀ ਦੀਆਂ ਅਸੀਸਾਂ ਸੀ ਉਹਨਾਂ ਦੀਆਂ ਭਾਵਨਾਵਾਂ ਸਨ ਜਾਂ ਪੰਥ ਖਾਲਸੇ ਦਾ ਹੁਕਮ ਸੀ ਕਿ ਅਸੀਂ ਦਿੱਲੀ ਦੇ ਤਖਤ ਤੇ ਕਬਜ਼ਾ ਕਰਨਾ ਤੇ ਬੈਠਣਾ ਹੈ ਇਹ ਹੋ ਗਿਆ ਪਰ ਸਾਡੇ ਅੰਦਰ ਕੋਈ ਲਾਲਸਾ ਨਹੀਂ ਸਾਨੂੰ ਅਕਾਲ ਤਖਤ ਨੇ ਉਹ ਤਖਤ ਦਿੱਤਾ ਹੋਇਆ ਹੈ ਅਕਾਲ ਪੁਰਖ ਨੇ ਉਹ ਤਖਤ ਦਿੱਤਾ ਹੈ ਜਿਸ ਤਖਤ ਦੇ ਸਾਹਮੁਖ ਇਸ ਲਾਲ ਕਿਲੇ ਵਾਲੇ ਤਖਤ ਦੀ ਗੱਲ ਹੀ ਕੋਣੀ ਦਿੱਲੀ ਦੇ ਤਖਤ ਦੀ ਅਹਿਮੀਅਤ ਹੀ ਕੋਈ ਨਹੀਂ ਹੈ ਗਿਆਨੀ ਗਿਆਨ ਸਿੰਘ ਵਰਗੇ ਹੋਰ ਕਿਤਨੇ ਸਾਰੇ ਆਖਦੇ ਨੇ ਜੇ ਕਿਤੇ ਅੱਜ ਸਿੱਖ ਦਿੱਲੀ ਨਾ ਛੱਡ ਦੇ ਦਿੱਲੀ ਦਾ ਤਖਤ ਨਾ ਛੱਡ ਦੇ ਤੇ ਆਉਣ ਵਾਲਾ ਇਤਿਹਾਸ ਕੁਝ ਹੋਰ ਹੋ ਜਾਣਾ ਸੀ ਲੇਕਿਨ ਉਹ ਨਾਲ ਹੀ ਆਖਦੇ ਨੇ ਖਾਲਸਾ ਦਿੱਲੀ ਦੇ ਤਖਤ ਨੂੰ ਸਮਝਦਾ ਹੀ ਕੁਝ ਨਹੀਂ ਸੀ ਉਹ ਕਹਿੰਦਾ ਸੀ ਜਿਵੇਂ ਬਿੱਲੀ ਮਾਰ ਲਈ ਓਵੇਂ ਦਿੱਲੀ ਮਾਰ ਲਈ ਲੈ ਦਿੱਲੀ ਮਾਰਨੇ ਵੀ ਕੋਈ ਔਖੀ ਆ ਭਲਾ ਅੰਦਰ ਸ਼ਬਦ ਨਾਲ ਜੁੜੇ ਹੋਣ ਵਾਲੇ ਅੰਦਰ ਨਿਮਰਤਾ ਤੇ ਪਿਆਰ ਦੇ ਵਿੱਚ ਰਹਿਣ ਵਾਲੇ ਮੈਨੂੰ ਐਸਾ ਪ੍ਰਤੀਤ ਹੁੰਦਾ ਹੈ ਸ਼ੁਭ ਗੁਣਾਂ ਦੇ ਨਾਲ ਇੰਨੇ ਓਤਪੋਤ ਸਨ ਕਿ ਕਿਸੇ ਸਮੇਂ ਵੀ ਉਹਨਾਂ ਦਾ ਪੈਰ ਨਹੀਂ ਥੜਕਦਾ ਸਿੱਖ ਸਿਧਾਂਤ ਤੋਂ ਕਿਸੇ ਸਮੇਂ ਵੀ ਉਹਨਾਂ ਦਾ ਪੈਰ ਨਹੀਂ ਥੜਕਦਾ ਪਰਉਪਕਾਰ ਤੋਂ ਹਰੇਕ ਨੂੰ ਆਪਣੇ ਗੱਲ ਨਾਲ ਲਾਉਂਦੇ ਨੇ ਸੀਨੇ ਨਾਲ ਲਾਉਂਦੇ ਨੇ ਤੇ ਐਵੇਂ ਹੀ ਕਰਦਿਆਂ ਕਰਦਿਆਂ 20 ਅਕਤੂਬਰ ਦਾ ਦਿਨ ਆਇਆ ਅੰਮ੍ਰਿਤਸਰ ਜਦੋਂ ਸੁਆਸ ਪੂਰੇ ਹੋਣ ਲੱਗਦੇ ਨੇ ਤੇ ਹੱਥ ਜੋੜ ਕੇ ਨਾ ਕੋਲ ਆ ਕੇ ਸਾਰੇ ਸਰਦਾਰਾਂ ਨੂੰ ਹੱਥ ਜੋੜ ਕੇ ਆਖਦੇ ਨੇ ਮੈਂ ਖਾਲਸਾ ਦੀ ਦਾ ਕੁਟਾਨ 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 ਕੋਟ ਮੈਂ ਸ਼ੁਕਰਗੁਜ਼ਾਰ ਆ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ ਜਿਨ੍ਹਾਂ ਨੇ ਮੈਨੂੰ ਪਾਤਸ਼ਾਹੀ ਦਿੱਤੀ ਜਿਨ੍ਹਾਂ ਨੇ ਮੈਨੂੰ ਇਤਨਾ ਮਾਣ ਦਿੱਤਾ ਅਰ ਮੈਂ ਚਾਹੁੰਦਾ ਹਾਂ ਕਿ ਅੱਜ ਸਾਡੇ ਚਲੇ ਜਾਣ ਤੋਂ ਬਾਅਦ ਕਿਸੇ ਸਿੱਖ ਦੀ ਅੱਖ ਦੇ ਵਿੱਚ ਅੰਸੂ ਨਹੀਂ ਆਉਣਾ ਚਾਹੀਦਾ ਸਦਾ ਮੁਸਕਰਾਉਂਦੇ ਰਹੋ ਜੇ ਸਦਾ ਖੇੜੇ ਵਿੱਚ ਰਹੋ ਜੇ ਕਰਤਾਰ ਨੇ ਸਾਡੀ ਝੋਲੀ ਵਿੱਚ ਉਹ ਕੁਝ ਪਾ ਦਿੱਤਾ ਹੈ ਪੰਜਾਬ ਦੇ ਜੰਮਿਆਂ ਨੇ ਅੱਜ ਪੰਜਾਬ ਤੇ ਰਾਜ ਕਰਨ ਵਾਲੀ ਅਵਸਥਾ ਪ੍ਰਾਪਤ ਕਰ ਲਈ ਹੈ ਚੇਤੇ ਰੱਖਣਾ ਚਾਹੀਦਾ ਹੈ ਕਿ 1762 ਤੋਂ ਲੈ ਕੇ ਫਿਰ ਲਗਾਤਾਰ ਇਥੇ ਮਿਸਲਾਂ ਦਾ ਬੋਲਬਾਲਾ ਹੋ ਗਿਆ ਮਿਸਲਾਂ ਦਾ ਰਾਜ ਕਾਇਮ ਹੋ ਗਿਆ ਸੀ ਔਰ ਉਹਨਾਂ ਮਿਸਲਾਂ ਦਾ ਸਮੂਹ ਜਿਹੜਾ ਸੀ ਉਹ ਖਾਲਸਾ ਦਲ ਦੇ ਰੂਪ ਵਿੱਚ ਸੀ ਜਿਸ ਦੇ ਮੁਖੀ ਮਾਨਯੋਗ ਸੁਲਤਾਨੁਲ ਕੌਮ ਸਰ ਜੱਸਾ ਸਿੰਘ ਅਰਵਾਲੀਆ ਸਨ ਕਹਿਣ ਲੱਗੇ ਅੱਜ ਰੋਇਓ ਨਾ ਅਕਮੇਚ ਅੰਸੂ ਨਹੀਂ ਆਉਣਾ ਚਾਹੀਦਾ ਤੁਸੀਂ ਸ੍ਰੀ ਅਕਾਲ ਪੁਰਖ ਦਾ ਸ਼ੁਕਰ ਕਰੋ ਤੁਸੀਂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਗੁਣ ਗਾਓ ਸਰਵਰਾ ਰਾਤਾਜ ਗੁਰੂ ਗੋਬਿੰਦ ਸਿੰਘ ਬਰਤਰੀ ਮਹਾਰਾਜ ਗੁਰੂ ਗੋਬਿੰਦ ਸਿੰਘ ਜਿਹੜੇ ਸਰਦਾਰਾਂ ਦੇ ਸਰਦਾਰ ਨੇ ਜਿਨ੍ਹਾਂ ਨੇ ਸਾਨੂੰ ਸਰਦਾਰੀਆਂ ਕਾਇਮ ਕਰਨ ਦੇ ਰਾਹ ਪਾਇਆ ਔਰ ਇਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ ਕਿ ਭਾਰਤ ਦੇ ਵਿੱਚ ਹਿੰਦੁਸਤਾਨ ਦੀ ਇਸ ਧਰਤੀ ਤੇ ਸਿੱਖਾਂ ਦੀ ਸਰਦਾਰੀ ਕਾਇਮ ਹੋ ਗਈ ਹੈ ਜਿਹੜੀ ਕਿ ਸਦਾ ਨਿਭਦੀ ਜਾਏਗੀ ਸਦਾ ਚੱਲਦੀ ਜਾਏਗੀ ਮੈਂ ਜਦੋਂ ਇਹ ਬਚਨ ਯਾਦ ਕਰਦਾ ਤੇ ਮੇਰੇ ਧਿਆਨ ਵਿੱਚ ਆਉਂਦਾ ਹੈ ਕਿ ਦੇਖੋ ਕੈਸੀ ਕਮਾਲ ਦੀ ਗੱਲ ਸਮਾਂ ਲੰਘ ਗਿਆ 1783 ਦੇ ਵਿੱਚ ਮਹਾਰਾਜਾ ਜੱਸਾ ਸਿੰਘ ਔਰਨੁਲਕੌਮ ਦਾ ਦਿਹਾਂਤ ਹੋਇਆ ਸਵਾਰਨ 83 ਵਿੱਚ ਅੱਜ ਕਿੰਨੇ ਸਾਲ ਹੋ ਗਏ ਦੋ ਸਦੀਆਂ ਤੋਂ ਵਧੇਕ ਸਮਾਂ ਬੀਤ ਜਾਣ ਦੇ ਬਾਵਜੂਦ ਅੱਜ ਵੀ ਜਦੋਂ ਕੋਈ ਦਸਤਾਰ ਧਾਰੀ ਨੂੰ ਵੇਖਦਾ ਹੈ ਤੇ ਉਹਨੂੰ ਆਵਾਜ਼ ਸਰਦਾਰ ਜੀ ਕਹਿ ਕੇ ਮਾਰਦਾ ਹੈ ਭਾਵੇਂ ਉਹ ਰਖਸ਼ਾਈ ਕਿਉਂ ਨਾ ਵਾਰਿਆ ਹੋਵੇ ਤੇ ਸਰਦਾਰ ਸ਼ਬਦ ਦਾ ਅਰਥ ਹੁੰਦਾ ਹੈ ਆਗੂ ਸਰਦਾਰ ਸ਼ਬਦ ਦਾ ਅਰਥ ਹੁੰਦਾ ਹੈ ਲੀਡਰ ਉਹ ਜਿਹੜਾ ਜੁਰਤ ਰੱਖਦਾ ਹੈ ਜਿਹੜਾ ਸਿਰ ਉਠਾ ਕੇ ਚੱਲਦਾ ਹੈ ਜਿਹੜਾ ਆਪਣੀ ਇੱਜ਼ਤ ਦੇ ਨਾਲ-ਨਾਲ ਦੂਸਰਿਆਂ ਦੀ ਇੱਜ਼ਤ ਦਾ ਧਿਆਨ ਰੱਖਦਾ ਹੈ ਸਿਰ ਤਲੀ ਤੇ ਰੱਖ ਕੇ ਚੱਲਦਾ ਹੈ ਉਹ ਸਰਦਾਰ ਹੈ ਪਰ ਅੱਜ ਹਰ ਪੱਗ ਵਾਲਾ ਸਰਦਾਰ ਬਣ ਗਿਆ ਕੁਝ ਸਜਨੇ ਆਖਦੇ ਨੇ ਸਾਨੂੰ ਨਾ ਜੱਸਾ ਸਿੰਘ ਹੋਰਾਂ ਨੂੰ ਆਲੂ ਵਾਲਿਆਂ ਨੂੰ ਜਿਸ ਵੇਲੇ ਅਸੀਂ ਯਾਦ ਕਰਦੇ ਆਂ ਤੇ ਬਾਬਾ ਜਸਾ ਸਿੰਘ ਕਹਿਣਾ ਚਾਹੀਦਾ ਹੈ ਬਗੇਲ ਸਿੰਘ ਉਹਨਾਂ ਨੂੰ ਬਾਬਾ ਬਗੇਲ ਸਿੰਘ ਕਹਿਣਾ ਚਾਹੀਦਾ ਹੈ ਗੁਣਾ ਕਰਕੇ ਉਹ ਵੱਡੇ ਸਨ ਬਹੁਤ ਬਜ਼ੁਰਗ ਸਨ ਨਿਸੰਦੇ ਮੈਂ ਇਸ ਤੋਂ ਕੋਈ ਭਿੰਨ ਵਿਚਾਰ ਨਹੀਂ ਰੱਖਦਾ ਗੱਲ ਬਿਲਕੁਲ ਠੀਕ ਹੈ ਬੜੇ ਬਜ਼ੁਰਗ ਸਨ ਸਾਡੀ ਕੌਮ ਦੇ ਬਹੁਤ ਅੱਛੇ ਆਗੂ ਸਨ ਲੇਕਿਨ ਮੈਨੂੰ ਇਹ ਬਹੁਤ ਉਸ ਤੋਂ ਵੀ ਵਧੇਰੇ ਗੱਲ ਚੰਗੀ ਲੱਗਦੀ ਹੈ ਕਿ ਉਹਨਾਂ ਨੇ ਗੁਰੂ ਕਲਗੀ ਤਰ ਪਾਤਸ਼ਾਹੀ ਦੀਆਂ ਬਖਸ਼ੀਆਂ ਹੋਈਆਂ ਸਰਦਾਰੀਆਂ ਨੂੰ ਕਾਇਮ ਕੀਤਾ ਹੈ ਭਾਰਤ ਦੀ ਧਰਤੀ ਤੇ ਜੇ ਸਤਗੁਰੂ ਮਹਾਰਾਜ ਗੁਰੂ ਕਲਗੀ ਤਰ ਸਾਹਿਬ ਸਰਵਰਾਂ ਦਾ ਤਾਜ ਨੇ ਤੇ ਸਰਦਾਰੀਆਂ ਕਾਇਮ ਕਰਨ ਵਾਲੇ ਇਹ ਸਰਦਾਰ ਨੇ ਸਾਰੇ ਨਵਾਬ ਕਪੂਰ ਸਿੰਘ ਹੋਰਾਂ ਦੇ ਸਮੇਂ ਤੋਂ ਲੈ ਕੇ ਉਸ ਤੋਂ ਬਾਅਦ ਇਹ ਸਾਰੇ ਸਰਦਾਰ ਆਲੀ ਸਿੰਘ ਬਾਬਾ ਬੰਦਾ ਸਿੰਘ ਹੋਰਾਂ ਤੋਂ ਬਾਅਦ ਉਹਨਾਂ ਦੇ ਸਮੇਂ ਵਿੱਚ ਸਰਦਾਰ ਬਾਜ ਸਿੰਘ ਇਹਨਾਂ ਬੰਦਿਆਂ ਨੇ ਸਰਦਾਰੀਆਂ ਕਾਇਮ ਕੀਤੀਆਂ ਨੇ ਤੇ ਮੈਂ ਸਮਝਦਾ ਅਜੋਕੇ ਸਮੇਂ ਦੇ ਵਿੱਚ ਵੀ ਜਦੋਂ ਸਾਡਾ ਆਲਾ ਦਵਾਲਾ ਇਹਨਾਂ ਸਰਦਾਰੀਆਂ ਨੂੰ ਖੋਰਨ ਦੇ ਆਰ ਦੇ ਵਿੱਚ ਹੈ ਸਾਨੂੰ ਸਰਦਾਰ ਜੱਸਾ ਸਿੰਘ ਆਹਲਵਾਲੀਆਂ ਨੂੰ ਵੀ ਸਰਦਾਰ ਕਹਿ ਕੇ ਯਾਦ ਕਰਨਾ ਬਹੁਤ ਪ੍ਰੇਰਣਾਮਈ ਬਣਦਾ ਹੈ ਔਰ ਮੈਂ ਮੁਬਾਰਕਾਂ ਦਿੰਦਾ ਜਿਹੜਾ ਸਮੁੱਚੇ ਰੂਪ ਦੇ ਵਿੱਚ ਖਾਲਸਾ ਪੰਥ ਸਰਦਾਰ ਜੀ ਹੋਰਾਂ ਦਾ ਇਹ ਤੀਸਰੀ ਜਨਮ ਸ਼ਤਾਬਦੀ ਮਨਾ ਰਿਹਾ ਹੈ ਅਰ ਮੈਂ ਆਸ ਕਰਦਾ ਕਿ ਕਰਤਾਰ ਕਿਰਪਾ ਕਰੇ ਜਿਹੜੀਆਂ ਅੰਗੜਾਈਆਂ ਅੱਜ ਵੀ ਸਿੱਖ ਹਿਰਦਿਆਂ ਦੇ ਵਿੱਚ ਲਈਆਂ ਜਾ ਰਹੀਆਂ ਨੇ ਜਿਹੜੀਆਂ ਭਾਵਨਾਵਾਂ ਅੱਜ ਵੀ ਸੁਪਨੇ ਬਣੀਆਂ ਹੋਈਆਂ ਨੇ ਸਾਡੀਆਂ ਸਾਡੇ ਇਹ ਸੁਪਨੇ ਸাকার ਹੋਣ ਪਰ ਸੁਪਨੇ ਸাকার ਤਦ ਹੀ ਹੋਣਗੇ ਮੈਨੂੰ ਖਿਮਾ ਕਰਿਓ ਜੇ ਤਦ ਹੀ ਹੋਣਗੇ ਜਿਸ ਵੇਲੇ ਨਾ ਉਹ ਅਵਸਥਾ ਆ ਜਾਵੇਗੀ ਸਾਡੇ ਜੀਵਨ ਦੀ ਜਿਹੜੀ ਅਵਸਥਾ ਨਵਾਬ ਕਪੂਰ ਸਿੰਘ ਹੋਰਾਂ ਦੀ ਜਿਹੜੀ ਅਵਸਥਾ ਜਸ ਸਿੰਘ ਅਨੁਵੜੀਆ ਹੋਰਾਂ ਦੀ ਜੀਵਨ ਦੀ ਅਵਸਥਾ ਸੀ ਸਰਦਾਰੀਆਂ ਐਵੇਂ ਕਾਇਮ ਨਹੀਂ ਹੋਈਆਂ ਅਸੀਂ ਬਹੁਤ ਸੋ ਕੁਝ ਵਿਚਾਰ ਚੁੱਕੇ ਹਾਂ ਬਹੁਤ ਕੁਝ ਕਹਿ ਚੁੱਕੇ ਹਾਂ ਭਾਈ ਸਾਹਿਬ ਅਨੰਦ ਲਾਲ ਜੀ ਹੋਰਾਂ ਵਾਲਾ ਇੱਕ ਬਚਨ ਮੈਂ ਆਪ ਜੀ ਦੇ ਧਿਆਨ ਵਿੱਚ ਲਿਆਵਾਂ ਬਹੁਤ ਕੁਝ ਉਹਨਾਂ ਦੇ ਆਖੇ ਹੋਏ ਬਚਨ ਇਸ ਵੇਲੇ ਮੇਰਾ ਧਿਆਨ ਖਿੱਚ ਰਹੇ ਨੇ ਸ਼ਾਖੇ ਉਮੀਦ ਦੇ ਆਸ਼ਿਕ ਹਰਗਿਜ਼ ਸਮਰ ਨਾ ਗੀਰਦ ਅਜ਼ ਅਸ਼ਕੇ ਆਵੇ ਮਿਜ਼ਗਾ ਤਸਬਜ਼ ਤਰ ਨਾ ਬਾਸ਼ਤ ਐਵੇਂ ਟਾਣੀ ਨੂੰ ਫਲ ਨਹੀਂ ਲੱਗਦਾ ਸ਼ਾਖੇ ਉਮੀਦ ਦੇ ਆਸ਼ਿਕ ਆਸ਼ਿਕ ਦੀ ਉਮੀਦ ਦੀ ਟਾਣੀ ਨੂੰ ਐਵੇਂ ਫਲ ਨਹੀਂ ਲੱਗਦਾ ਹਰਗਿਜ਼ ਸਮਰ ਨਾ ਗੀਰਦ ਕਦੀ ਨਹੀਂ ਲੱਗਦਾ ਆਜ਼ ਅਸ਼ਕੀ ਆਬੇ ਮਿਜ਼ਗਾ ਜਦ ਤੱਕ ਅੱਖਾਂ ਦੀਆਂ ਚਿਮਣੀਆਂ ਦੇ ਪਾਣੀ ਦੇ ਨਾਲ ਅੰਸੂਆਂ ਦੇ ਪਾਣੀ ਨਾਲ ਸਬਜ਼ ਤਰਨਾ ਬਾਸ਼ਤ ਜਦ ਤੱਕ ਇਹਨਾਂ ਟਾਣੀਆਂ ਨੂੰ ਹਰਾ ਭਰਾ ਨਹੀਂ ਕੀਤਾ ਜਾਂਦਾ ਜਦ ਤੱਕ ਇਹ ਪੰਥ ਦੋਖੀਆਂ ਦੇ ਬਾਹਰ ਆਪਣੀ ਛਾਤੀ ਤੇ ਨਹੀਂ ਸਹੇ ਜਾਂਦੇ ਜਦ ਤੱਕ ਆਪ ਪੰਥ ਪ੍ਰਤੀ ਸਮਰਪਿਤ ਹੋ ਕੇ ਨਹੀਂ ਚੱਲਿਆ ਜਾਂਦਾ ਤੇ ਸੁਪਨੇ ਕਿਵੇਂ ਸਾਕਾਰ ਹੋ ਸਕਦੇ ਨੇ ਭਾਈ ਸਾਹਿਬ ਹੋਰੀ ਕਹਿੰਦੇ ਨੇ ਤੂੰ ਕਹਿੰਦਾ ਹਾਂ ਕਿ ਮੈਂ ਪਿਆਰ ਕਰਦਾ ਮੈਂ ਪੰਥ ਦੇ ਪ੍ਰਤੀ ਸਮਰਪਤਾਂ ਐ ਬੁਲ ਫਜ਼ੂਰ ਗੋਆ ਅਜ਼ ਇਸ਼ਕੇ ਉ ਮਜ਼ੰਦਮ ਕੋ ਪਾ ਨਿਹੱਦਦਾਰੀ ਰਾ ਆਂ ਰਾ ਕੇ ਸਰਨਾ ਬਾਸਤ ਮੈਂ ਦੇਖਿਆ ਐਵੇਂ ਬਹੁਤੀਆਂ ਗੱਲਾਂ ਕਰਨ ਵਾਲੀ ਕਿਹੜੀ ਗੱਲ ਐ ਉਹ ਬਹੁਤੀਆਂ ਗੱਲਾਂ ਕਰਨ ਵਾਲੇ ਆ ਐ ਬੁਲ ਫਜ਼ੂਰ ਗੋਆ ਅਜ਼ ਇਸ਼ਕੇ ਉ ਮਜ਼ੰਦਮ ਆਪਣੇ ਪਿਆਰ ਦਾ ਦਮ ਨਾ ਮਾਰ ਮੈਂ ਦੇਖਿਆ ਗੁਰੂ ਕਲਗੀ ਤਰ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹਿੰਦੇ ਹੋਇਆ ਮੈਂ ਦੇਖਿਆ ਕੋ ਪਾ ਨਿਹੱਦ ਦਰੀ ਰਾ ਜਿਹੜਾ ਵੀ ਇਸ ਰਾਤੇ ਪੈਰ ਪਾਉਂਦਾ ਹੈ ਆਂ ਰਾ ਉਸ ਦੇ ਸਰਨ バष्ट ਧੜ ਤੇ ਸਿਰ ਨਹੀਂ ਹੁੰਦਾ ਜਿਹੜਾ ਸਮਰਪਿਤ ਹੋਇਆ ਹੋਇਆ ਹੈ ਆਪਣੀ ਹਉਮੈ ਨੂੰ ਤਿਆਗਦਾ ਹੈ ਆਪਣੇ ਹੰਕਾਰ ਨੂੰ ਤਿਆਗਦਾ ਹੈ ਆਪਣੀਆਂ ਲਾਲਸਾਵਾਂ ਨੂੰ ਤਿਆਗਦਾ ਹੈ ਫਿਰ ਇਸ ਪ੍ਰਵਾਨਗੀ ਦੀ ਅਵਸਥਾ ਤੇ ਪਹੁੰਚਦਾ ਹੈ ਐਵੇਂ ਨਹੀਂ ਪਹੁੰਚਿਆ ਜਾਂਦਾ ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦਾ ਆਖਿਆ ਹੋਇਆ ਵਚਨ ਜੈਸੀ ਆਗਿਆ ਕੀਨੀ ਠਾਕੁਰ ਤਿਸਤੇ ਮੁਖ ਨਹੀਂ ਮੋਰਿਓ ਸਹਿਜ ਆਨੰਦ ਰਖਿਓ ਗਰੇ ਪੀਤਰ ਉਠ ਵਾਹੂ ਕੋ ਦੌਰਿਓ ਆਗਿਆ ਮੈਂ ਭੂਖ ਸੋਈ ਕਰ ਸੁਖਾ ਸੋਗ ਅਰਕ ਨਹੀਂ ਜਾਣਿਓ ਜੋ ਜੋ ਹੁਕਮ ਪਾਈ ਹੋ ਸਾਹਿਬ ਕਾ ਸੋ ਮਾਥੈ ਲੈ ਮਾਨਿਓ ਭਇਓ ਕਿਰਪਾਲ ਠਾਕੁਰ ਸੇਵਕ ਕੋ ਸਬਰੇ ਹਲਤ ਪਲਾਤਾ ਅਰ ਤਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤਾ ਜਿਸਨੇ ਮਾਨ ਮੋਹ ਅਰ ਲੋਭ ਵਿਕਾਰਾ ਬੀਓ ਚੀਤਨਾ ਘਾਲਿਓ ਮਨ ਕਿਸੇ ਹੋਰ ਪਾਸੇ ਨਹੀਂ ਜਾਣ ਦਿੱਤਾ ਕੇਵਲ ਪੰਥ ਦੀ ਸੇਵਾ ਤੇ ਜੁੜਿਆ ਰਿਆ ਲਗਾਤਾਰ ਨਾਮ ਰਤਨ ਗੁਨਾ ਹਰ ਬਨਜੇ ਲਾਦ ਵਖਰ ਲੈ ਚਾਲਿਓ ਐਸੇ ਸੂਰਮੇ ਨੂੰ ਧੰਨ ਸੇਵਕ ਸਫਲ ਹੋ ਆਇਆ ਜਿਹਨਾਂ ਨਾਨਕ ਖਸ਼ਮ ਪੁਛਾਤਾ ਜਿਸ ਨੇ ਮਾਲਕ ਖਸ਼ਮ ਨੂੰ ਗੁਰੂ ਪਰਮੇਸ਼ਰ ਨੂੰ ਐਉਂ ਸਮਝਿਆ ਉਸ ਦੇ 300 ਸਾਲਾ ਇਸ ਜਨਮ ਦਿਨ ਤੇ 3 ਮਈ ਜੋ 2018 ਨੂੰ ਆ ਰਿਹਾ ਹੈ ਮੈਂ ਆਪ ਸਾਰਿਆਂ ਨੂੰ ਸਮੁੱਚੀ ਕੌਮ ਨੂੰ ਸਮੁੱਚੇ ਭਾਰਤ ਵਾਸੀਆਂ ਨੂੰ ਸਮੁੱਚੀ ਮਨੁੱਖਤਾ ਨੂੰ ਮੈਂ ਮੁਬਾਰਕਾਂ ਦਿੰਦਾ ਜਿਸ ਕੌਮ ਨੂੰ ਸਰਦਾਰ ਜੱਸਾ ਸਿੰਘ ਹੋਰਾਂ ਵਰਗਾ ਪੁਰਸ਼ ਆਗੂ ਪ੍ਰਾਪਤ ਹੋਇਆ ਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਾ ਕਰਨ ਸਾਨੂੰ ਵੀ ਉਹਨਾਂ ਅਸੂਲਾਂ ਦਾ ਧਾਰਨੀ ਹੋਣ ਦਾ ਬਲ ਬਖਸ਼ਣ ਇਹਨੇ ਬਚਨ ਕਰਦਾ ਹੋਇਆ ਤੁਹਾਡੇ పాਸੋਂ ਖਿਮਾ ਮੰਗਦਾ ਕਿਰਪਾ ਕਰੋ ਮਿਲ ਕੇ ਪਿਆਰ ਨਾਲ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ